ਅਮਰਦਾਸ ਗੁਰ ਹਿਰਦਿਆਵੋ ਜੀ ਹਿਰਦਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸਮੇ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਪੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਦਾ ਹੀ ਸੁੱਖ ਦੇਣ ਵਾਲੇ ਸੱਚੇ ਪਾਤਸ਼ਾਹ ਮਹਾਨ ਖੁਸ਼ੀਆਂ ਦੇਣ ਵਾਲੇ ਸੱਚੇ ਪਾਤਸ਼ਾਹ ਸਭਨਾਂ ਦੇ ਸਾਂਝੇ ਸਤਿਗੁਰੂ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਸਿੱਖ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਦਇਆ ਕੀਤੀ, ਤਰਸ ਕੀਤਾ ਹੈ। ਆਪ ਜੀ ਸਤਿਗੁਰ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਸਤਿਗੁਰ ਜੀ ਦੀ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਸੰਗਤ ਜੀ, ਜਿੰਨਾ ਚਿਰ ਤੱਕ ਚਾਅ ਨਹੀਂ ਪੈਦਾ ਹੁੰਦਾ ਉਨਾ ਚਿਰ ਤੱਕ ਗੱਲ ਨਹੀਂ ਬਣੇਗੀ ਜੀ। ਕੋਈ ਵੀ ਕੰਮ ਕਰਨਾ ਹੋਵੇ ਅੰਦਰ ਚਾਅ ਦਾ ਹੋਣਾ ਬੜਾ ਜ਼ਰੂਰੀ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਬੱਧਾ ਚੱਟੀ ਵਿੱਚ ਕੀਤਾ ਹੋਇਆ ਕੰਮ ਨਾ ਕਿਸੇ ਗੁਣ ਵਿੱਚ ਹੈ ਨਾ ਉਪਕਾਰ ਵਿੱਚ ਹੈ, ਅਤੇ ਸਾਧ ਸੰਗਤ ਜੀ ਚਾਓ ਨਾਲ ਕੀਤਾ ਹੋਇਆ ਕੰਮ ਉਹ ਥਾਂ ਹੀ ਪੈ ਜਾਂਦਾ ਹੈ। ਤੁਸੀਂ ਚਾਅ ਨਾਲ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਦੇ ਹੋ, ਇਹ ਚਾਅ ਨਾਲ ਕੀਤਾ ਹੋਇਆ ਕੰਮ ਤੁਹਾਡਾ ਥਾਂ ਹੀ ਪੈ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ। ਬੜੇ ਪਿਆਰ ਦੇ ਨਾਲ ਆਪ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਜੋੜੋ ਦੋਵੇਂ ਹੱਥ ਅਤੇ ਪ੍ਰੇਮ ਦੇ ਨਾਲ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਰ ਕਰੋ ਜੀ ਖੇਚਲ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤ ਹਰ ਰੋਜ਼ ਹੀ ਸਰਵਣ ਕਰਦੇ ਹੋ। ਕੱਲ੍ਹ ਆਪਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਪ੍ਰਸੰਗ ਸਰਵਣ ਕੀਤਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਲੰਮਾ ਸਮਾਂ ਗੁਰਤਾ ਗੱਦੀ 'ਤੇ ਰਹੇ ਅਤੇ ਸਿੱਖ ਸੰਗਤਾਂ ਦਾ ਭਲਾ ਕੀਤਾ, ਅਤੇ ਹੁਣ ਵੀ ਕਰ ਰਹੇ ਨੇ ਜੀ। ਲੜੀਵਾਰ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚੱਲ ਰਹੀ ਹੈ। ਮਾਤਾ ਜੀ ਨੂੰ ਮਸੰਦ ਭੜਕਾਉਣ ਲੱਗ ਪਏ ਅਤੇ ਮਾਤਾ ਜੀ ਮਸੰਦਾਂ ਦੀਆਂ ਗੱਲਾਂ ਵਿੱਚ ਆ ਗਏ ਜੀ। ਇਹ ਬੜਾ ਅਸਰ ਪੈਂਦਾ ਜੀ ਬੰਦੇ 'ਤੇ, ਆਮ ਜੇ ਬੰਦੇ 'ਤੇ ਇਹਨਾਂ ਗੱਲਾਂ ਦਾ ਬੜਾ ਅਸਰ ਪੈ ਜਾਂਦਾ, ਅਤੇ ਮਾਤਾ ਜੀ ਤਾਂ ਫਿਰ ਬੜੇ ਮਹਾਨ ਨੇ ਜੀ। ਪਰ ਵਾਰ ਵਾਰ ਇੱਕ ਗੱਲ ਸੰਗਤ ਜੀ ਦੁਹਰਾਈ ਜਾਵੇ ਨਾ ਅਤੇ ਬੰਦੇ ਨੂੰ ਉਹ ਗੱਲ ਆਪ ਕਰਨ ਵਾਸਤੇ ਬੰਦਾ ਮਜਬੂਰ ਹੋ ਜਾਂਦਾ ਹੈ। ਮਾਤਾ ਜੀ ਮਹਾਰਾਜ ਨੂੰ ਕਹਿਣ ਲੱਗੇ, ਮਸੰਦਾਂ ਦੇ ਸਮਝਾਏ ਹੋਏ ਵੀ ਮਹਾਰਾਜ ਨਗਾਰਾ ਨਾ ਬਣੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿਣ ਲੱਗੇ, ਮਾਤਾ ਜੀ ਨਗਾਰਾ ਬਣੇਗਾ ਵੀ ਅਤੇ ਨਗਾਰਾ ਵੱਜੇਗਾ ਵੀ। ਕਹਿਣ ਲੱਗੇ ਇਹ ਸਾਰਾ ਪ੍ਰਸੰਗ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ। ਮਸੰਦ ਢਿੱਲੀਆਂ ਗੱਲਾਂ ਕਰਨ ਅਤੇ ਮਸੰਦਾਂ ਨੂੰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਭੂਆ ਜੀ ਦੇ ਪੁੱਤਰ ਬਾਬਾ ਸੰਗੋ ਸ਼ਾਹ ਜੀ ਨੇ ਫਿਰ ਦੱਸਿਆ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਪੋਤਰੇ। ਮਸੰਦ ਕਹਿਣ ਲੱਗੇ ਜੀ, ਜੇ ਨਗਾਰਾ ਵੱਜਿਆ ਸਾਡੇ ਕੋਲ ਤੋਪਾਂ ਨਹੀਂ ਹੈਗੀਆਂ, ਉਹਨਾਂ ਕੋਲ ਤੋਪਾਂ ਬੜੀਆਂ ਵੱਡੀਆਂ ਨੇ। ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਇੱਥੇ ਬਚਨ ਕਰਦੇ ਤੇ ਲੱਕੜ ਦੀ ਤੋਪ ਹੀ ਨਹੀਂ ਮਾਣ ਹੈਗੀ। ਕਹਿਣ ਲੱਗੇ ਇਹ ਸਾਰੇ ਬਚਨ ਸੰਗਤ ਜੀ ਆਪ ਜੀ ਪ੍ਰਸੰਗ ਵਿੱਚ ਸਰਵਣ ਕਰ ਚੁੱਕੇ ਹੋ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਨਗਾਰਾ ਬਣਵਾ ਲਿਆ ਜੀ। ਜਿਸ ਦਿਨ ਨਗਾਰਾ ਵੱਜਣਾ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਤਿਆਰ ਕਰਾਈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਣੀ ਹੈ ਅਤੇ ਨਾਲ ਦੀ ਨਾਲ ਨੌ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਗੁਰੂ ਸਾਹਿਬ ਨੇ ਅਰਦਾਸ ਕਰਵਾਈ ਜੀ। ਅਰਦਾਸ ਹੋਈ ਅਤੇ ਸੱਚੇ ਪਾਤਸ਼ਾਹ ਨੇ ਨਗਾਰਚੀ ਕਹਿੰਦੇ ਜਿਹਨੇ ਨਗਾਰਾ ਵਜਾਉਣਾ ਹੁੰਦਾ, ਨਗਾਰਚੀ ਨੂੰ ਗੁਰੂ ਸਾਹਿਬ ਨੇ ਆਦੇਸ਼ ਕੀਤਾ ਵੀ ਨਗਾਰਾ ਵਜਾ। ਨਗਾਰਚੀ ਨੇ ਸਾਧ ਸੰਗਤ ਜੀ ਫਿਰ ਨਗਾਰਾ ਵਜਾਇਆ। ਇੰਨੀ ਜ਼ੋਰ ਦੀ ਨਗਾਰਾ ਵੱਜਿਆ ਵੀ ਆਸੇ ਪਾਸੇ ਹਰ ਪਾਸੇ ਨਗਾਰੇ ਦੀ ਆਵਾਜ਼ ਗੂੰਜ ਗਈ ਜੀ।
माता जी नूं भी पता लग गया, सब नूं पता लग गया, कड़ा प्रसाद जी की देग वरती है। माता जी ने फिर मसंदा नूं कह के भेजिया भी गुरु जी नूं बेनती करो हुण इह नगारा बाहर ना लैके जाण। संगत जी, श्री गुरु गोबिंद सिंह साहब सच्चे पातशाह जिस कारज वास्ते आए सन, वह कारज ये सीगा जी, पंथ की साजना करनी है ते दुष्टां दा नाश करना। या ही काज तरा हम जनमंग, समझ लेहो साधु सब मनमंग, धर्म चलावन संत उबारन, दुष्ट सबन को मूल उपारन। महाराज कहन लगे धर्म नूं चलाउण वास्ते, संतां नूं बचाउण वास्ते, दुष्टां दा नाश करन वास्ते असी जन्म धारण कीता। महाराज कहन लगे हुण इहदे तों अगे जिहड़ी कथा है ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਆਓ ਮਹਾਰਾਜ ਦੀ ਸਿਫਤ ਨਾਲ ਜੁੜਨਾ। ਪਤਾ ਜਦੋਂ ਇਹੋ ਜਿਹੇ ਪ੍ਰਸੰਗ ਸੰਗਤ ਜੀ ਚੱਲਦੇ ਨੇ, ਬਾਰ ਬਾਰ ਮਹਾਰਾਜ ਦੀ ਸਿਫਤ ਕਰਨ ਨੂੰ ਫਿਰ ਤਾਂ ਜੀ ਕਰਦਾ ਵੀ ਦੁਸ਼ਟਾਂ ਨਿੰਦਕਾਂ ਦੀਆਂ ਗੱਲਾਂ, ਮਸੰਦਾਂ ਦੀਆਂ ਗੱਲਾਂ ਕਿਤੇ ਸਾਡੇ ਅੰਦਰ ਨਾ ਵੜ ਜਾਣ ਜੀ, ਵੀ ਮਹਾਰਾਜ ਕਿਉਂ ਨਗਾਰਾ ਬਣਾ ਰਹੇ, ਮਹਾਰਾਜ ਨੇ ਕਿਉਂ ਨਗਾਰਾ ਵਜਾਇਆ ਜੀ, ਇਹ ਗੱਲਾਂ ਕਿਤੇ ਸਾਡੇ ਅੰਦਰ ਨਾ ਵਸ ਜਾਣ। ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਨੇ, ਬੜੇ ਸਮਰੱਥ ਨੇ, ਬੜੇ ਮਹਾਨ ਨੇ। ਸੋ ਹੁਣ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੰਗਤ ਜੀ ਸਰਵਣ ਕਰਨੀ ਹੈ ਅਤੇ ਪਿਆਰ ਨਾਲ ਸਾਰੀ ਸੰਗਤ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਆਹੋ ਡੇਰੇ ਤੋਂ ਅੱਗੇ ਗੁਰੂ ਕਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ, ਪ੍ਰਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰ ਬਾਰ ਮਾਤਾ ਬਰਜੰਤ, ਬਾਰ ਬਾਰ ਮਾਤਾ ਗੁਜਰੀ ਜੀ ਦੇ ਪ੍ਰੇਰੇ ਹੋਏ ਮਸੰਦ। ਪਹਿਲਾਂ ਮਸੰਦਾਂ ਨੇ ਮਾਤਾ ਜੀ ਨੂੰ ਪ੍ਰੇਰਿਆ, ਹੁਣ ਮਾਤਾ ਜੀ ਮਸੰਦਾਂ ਨੂੰ ਕਹਿ ਰਹੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੋ ਵੀ ਉਹ ਨਗਾਰਾ ਨਾ ਬਾਹਰ ਜਾ ਕੇ ਵਜਾਉਣ। ਬਾਰ ਬਾਰ ਉਹ ਮਸੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾ ਜੀ ਦਾ ਨਾਮ ਲੈ ਕੇ ਦੱਸ ਰਹੇ ਨੇ। ਬਾਰ ਬਾਰ ਮਾਤਾ ਬਰਜੰਤ, ਮਹਾਰਾਜ ਮਾਤਾ ਜੀ ਬਾਰ ਬਾਰ ਅੰਦਰੋਂ ਵਰਜ ਰਹੇ ਨੇ। ਹਾਂਜੀ, ਆਗੈ ਤੁਮ ਜਾਨੋ ਭਗਵੰਤ, ਅੱਗੋਂ ਸੱਚੇ ਪਾਤਸ਼ਾਹ ਤੁਸੀਂ ਮਾਲਕ ਹੋ, ਤੁਸੀਂ ਸਮਰੱਥ ਹੋ, ਅੱਗੋਂ ਸੱਚੇ ਪਾਤਸ਼ਾਹ ਤੁਸੀਂ ਜਾਣੋ, ਅਸੀਂ ਤੇ ਮਾਤਾ ਜੀ ਦੀ ਗੱਲ ਤੁਹਾਨੂੰ ਦੱਸ ਦਿੱਤੀ ਹੈ। ਸੰਗਤ ਜੀ, ਇਹਨਾਂ ਲੋਕਾਂ ਦਾ ਕੋਈ ਭਰੋਸਾ ਨਹੀਂ ਹੈਗਾ, ਕਹਿਣ ਨਾਮ ਮਾਤਾ ਜੀ ਦਾ ਲੈਣ ਦੇ, ਗੱਲਾਂ ਆਪਣੀਆਂ ਨੇ ਇਹਨਾਂ ਦੀਆਂ ਜੀ। ਹਾਂਜੀ, ਨਾਮ ਦੂਜੇ ਦਾ ਲੈ ਦੇਣਗੇ ਜੀ ਅਤੇ ਗੱਲ ਆਪਣੇ ਮਨ ਦੀ ਦੱਸਦੇ ਆ ਜੀ। ਹਾਂਜੀ, ਮਹਾਰਾਜ ਨੂੰ ਇਉਂ ਗੱਲਾਂ ਕਰਦੇ ਜਿਵੇਂ ਮਹਾਰਾਜ ਨੂੰ ਪਤਾ ਨਹੀਂ ਹੁੰਦਾ ਕੁਛ ਜੀ। ਹਾਂਜੀ, ਬੰਦੇ ਨੂੰ ਬੜਾ ਭੁਲੇਖਾ ਪੈ ਜਾਂਦਾ ਜੀ ਵੀ ਸ਼ਾਇਦ ਮੇਰੀ ਚਲਾਕੀ ਮੇਰੇ ਤੱਕ ਹੀ ਸੀਮਤ ਹੈ ਕਿ ਦੂਜੇ ਨੂੰ ਪਤਾ ਨਹੀਂ ਲੱਗ ਰਿਹਾ ਜੀ, ਦੂਜੇ ਨੂੰ ਸਭ ਪਤਾ ਲੱਗਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ
मसंद माता जी का नाम लै लै बार बार कहंदे ने। हांजी सुन कलगी धर कहियो तिन होंको। महाराज सच्चे पातशाह श्री गुरु गोबिंद सिंह साहब ने ओना मसंदा नू फिर अगो इस तरह कहा, जननी सम्मत बैन जिन्हों को। महाराज सच्चे पातशाह कहन लगे, असल विच सानू पता बचन माता जी दे नहीं, बचन ते तुहाडे ने। कहन लगे एक गल्ला माता जी दे अंदर तुही वाड़ियां ने। कोई बंदा कोई बोली बोल रहा होवे, पता लग जांदा भी इहदे पिछे भी कौन बोल रहा है। हाँ जी, कोई बंदा कोई बोली बोल रहा, वो ते भड़काया होया बोल रहा जी, सिखाया होया बोल रहा, पता ते लग ही जांदा भी इहदे पिछे कौन बोल रहा। महाराज सच्चे पातशाह गरीब नवाज जी कहन लगे, बचन माता जी दे नहीं हैगे, नगारा बजाउण तो रोकन दे ओ, ए बचन माता जी दे नहीं, बचन ते तुहाडे ने। कहन लगे तू ही इधर उधर जाके हाथ पैर मारते फिर दे ओ। हां जी राज साज के कारज जेई। सच्चे पातशाह महाराज कहन लगे, तू ही बार बार जंग तो डरदे ओ। कहन लगे राज भाग साज दे जेड़े काम हुंदे ने ना। कहन लगे हां जी करबे जंग आद है तेई। ओना वास्ते ते सच्चे पातशाह कहंदे जंग करनी पएगी। गज के आखो वाहेगुरु वाहेगुरु। महाराज सच्चे पातशाह इस करके कह रहे, साध संगत दसवें पातशाह ने खालसे नू राज लैके देना है जी, राज झोली पाउणा खालसे दे। महाराज सच्चे पातशाह ने इन्हां दा इन्हां मसंदा नू नहीं ना जी पता जी। महाराज कहन लगे जेडे राज भाग दे काम हुंदे ने ना, ओना दे वास्ते जंग करने ही पेंदे ने। हां जी तिनको जान सकै नहमाई। ते तुही साडे माता जी नू सिखाई जांदे जे, ते माता जी तुहाडियां गल्लां करी जांदे ने, ना तुहानू इस गल दा पता ना साडे माता जी नू इस गल दा पता जी। हां जी क्या गिरपत जिन ते डर पाई। गज के आखो वाहेगुरु वाहेगुरु। सच्चे पातशाह गरीब नवाज महाराज कहन लगे, भाई सच दसीए तुहानू सच। महाराज दसो, दसवें पातशाह महाराज कहन लगे, जिन्ना पहाड़ियां तो तुही डरदे हो साडे अगे कुछ भी नहीं हैगे। कहन लगे साडे अगे कुछ भी नहीं हैगे जिन्ना तो तुही डर रहे हो। कहन लगे संगत जी महाराज खंडा वर भंडा दे मालक ते दो पहाड़ा दे मालक जी, पहाड़ी राजे फर्क तो हैगा ना जी। महाराज सच्चे पातशाह कहन लगे, जिन्ना तो तुही डरदे हो ना वो साडे अगे कुछ भी नहीं हैगे। कहन लगे हां जी हमको आग्या पुरख अकाल। ते कहन लगे एक गल सावधान हो के तुही सारे सुन लो, अकाल पुरख वाहिगुरु जी वालों सानू पंथ साजन का हुक्म है। कहन लगे असी पंथ साजन वास्ते आए हैं। कहन लगे हां जी बिगरह रिप रण कर है विशाल। ते सानू पता है साडा खालसा जदो सजना है, साडा पंथ जदो सजना है, ते दुश्मन ने साडे नाल विगड़ना। कहन लगे ते उदो जंग भी आना सानू पता। वह मसंद माता जी नू जो भड़काई जांदे सीगे, ते महाराज माता जी मसंदा नू सारी गल ही दसी जांदे भी ये काम करन वास्ते असी आए हाँ, ते तुसी सानू रोकण दा जतन ना करियो। कहन लगे हाँ जी पूरब धर है ना किस सो बैर। हाँ जी हंकारी को कब होना खैर। सच्चे पातशाह कहन लगे माता जी नू भी आख दियो, ते तुही भी ये गल सुन लो, असी किसे नाल वैर नहीं करांगे। गज के आखो वाहेगुरु। गुरु घर दा सुभा है, बिसर गई सब तात पराई, जब ते साध संगत मोहे पाई, ना को बैरी नहीं बेगाना, सगल संग हमको बने आई। महाराज कहंदे अहीं किहे ना वैर नहीं करांगे, साडा किहे ना वैर नहीं, अहीं अपने इलाके विच रहना। पर कहन लगे एक गल दा चेता रखो, ये महाराज बचन कर रहे जी, थोड़ा थोड़ा जे महाराज दे मुख ते दाड़ा आया। महाराज कहन लगे एक गल दा चेता रखो, असीं किहे नाल वैर नहीं करांगे, पर जिहड़ा हंकार नाल चढ़ के आएगा उहदी खैर नहीं। कहन लगे इन्नी क गल का चेता रखे। कहन लगे
ਹੰਕਾਰੀ ਨੂੰ ਨਹੀਂ ਛੱਡਣਾ ਕਹਿਣ ਲੱਗੇ, ਵੈਰ ਕਿਸੇ ਨਾਲ ਨਹੀਂ ਕਰਾਂਗੇ ਅਤੇ ਹੰਕਾਰੀ ਨੂੰ ਛੱਡਾਂਗੇ ਨਹੀਂ। ਸਾਧ ਸੰਗਤ ਗੁਰਬਾਣੀ ਦਾ ਫੈਸਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਕਿਰਪਾ ਕਰਦੇ, ਮੂਰਖ ਗੰਢ ਪਵੈ ਮੋਹੇ ਮਾਰ, ਜਿੰਨਾ ਚਿਰ ਤੱਕ ਮੂਰਖ ਦਿਉ, ਮੂਰਖ ਨੂੰ ਸਮਝ ਹੀ ਆਉਂਦੀ ਕਹਿਣ ਲੱਗੇ ਜਦੋਂ ਮਾਰ ਪਵੇਗੀ। ਉਹ ਤਾਂ ਮੂਰਖ ਆਪਣੇ ਘਰ ਜੋ ਮਰਜ਼ੀ ਕਰਦਾ ਰਹੇ, ਪਰ ਮੂਰਖ ਬੰਦਾ ਆ ਕੇ ਸਾਡੇ ਘਰ ਵਿੱਚ ਆ ਕੇ ਪੰਗੇ ਲੈਣ ਲੱਗ ਪਵੇ ਤਾਂ ਫਿਰ ਉਹਨੂੰ ਸਮਝਾਉਣਾ ਪੈਂਦਾ ਹੈ ਜੀ। ਮਹਾਰਾਜ ਕਹਿਣ ਲੱਗੇ ਵੈਰ ਸਾਡਾ ਕਿਸੇ ਨਾਲ ਨਹੀਂ ਹੈਗਾ, ਪਰ ਜੇ ਕੋਈ ਕਰੇਗਾ ਹੰਕਾਰ ਤਾਂ ਵਿਖਾਏਗਾ ਸਾਨੂੰ ਆਪਣਾ ਹੰਕਾਰ, ਤੇ ਖੈਰ ਵੀ ਕੋਈ ਨਹੀਂ ਕਹਿਣ ਲੱਗੇ ਉਹਦੀ। ਹਾਂਜੀ, ਇਮ ਭਨਤੇ ਘੋਰਾ ਤਬ ਆਇਓ, ਇਹਨਾਂ ਇਹ ਬਚਨ ਕਰਨ ਹੀ ਦਏ ਸੀਗੇ ਤੇ ਸਾਧ ਸੰਗਤ ਜੀ, ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੈਰ ਕਰਨ ਵਾਸਤੇ ਘੋੜਾ ਲਿਆਂਦਾ ਗਿਆ ਜੀ। ਹਾਂਜੀ, ਬਲੀ ਚਾਪਲ ਨਟ ਜਿਮ ਦਰਸਾਇਓ, ਤੇ ਬੜਾ ਬਲੀ ਹੈ, ਬੜਾ ਵੱਡਾ ਘੋੜਾ, ਬੜਾ ਵਿਸ਼ਾਲ ਘੋੜਾ ਸੀਗਾ ਜੀ ਉਹ। ਹਾਂਜੀ, ਖੜਗ ਨਿਖੰਗ ਬੰਦ ਕੱਟ ਸੰਗ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਮਰ ਕੱਸੇ, ਬੜੀ ਵਧੀਆ ਸ੍ਰੀ ਸਾਹਿਬ ਸਜਾਈ ਹੋਈ ਹੈ। ਹਾਂਜੀ, ਕਰ ਧਾਰ ਧਨ ਕੇ ਗਨ ਨਿਕਟ ਤੁਰੰਗ, ਹੱਥ ਵਿੱਚ ਸੱਚੇ ਪਾਤਸ਼ਾਹ ਨੇ ਧਨੁਸ਼ ਫੜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਘੋੜੇ ਦੇ ਕੋਲ ਗਏ, ਪੱਗ ਰਕਾਬ ਦੇ ਭੇ ਅਸਵਾਰ, ਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਘੋੜੇ ਤੇ ਚੜਨ ਲੱਗੇ ਨੇ ਜੀ। ਰਕਾਬ ਦੇ ਵਿੱਚ ਮਹਾਰਾਜ ਨੇ ਆਪਣਾ ਚਰਨ ਸਜਾਇਆ। ਹਾਂਜੀ, ਗਹਿ ਕਰ ਬਾਗ ਗਮਨ ਇਸ਼ਤਾਰ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਸਾਧ ਸੰਗਤ ਜੀ ਘੋੜੇ ਤੇ ਸੱਜ ਗਏ ਮਹਾਰਾਜ। ਹਾਂਜੀ, ਤੇ ਹੁਣ ਮਹਾਰਾਜ ਕਹਿ ਰਹੇ ਵੀ ਰਣਜੀਤ ਨਗਾਰਾ ਵੀ ਨਾਲ ਲੈ ਕੇ ਚੱਲੋ, ਫੌਜਾਂ ਵੀ ਨਾਲ ਚੱਲੋ, ਆਪਾਂ ਬਾਹਰ ਜਾਣਾ ਸੈਰ ਵਾਸਤੇ ਕਹਿਣ ਲੱਗੇ। ਅੱਜ ਹੀ ਨਗਾਰਾ ਵਧਿਆ ਜੀ, ਤੇ ਅੱਜ ਹੀ ਮਹਾਰਾਜ ਨੇ ਸੈਰ ਦਾ ਪ੍ਰੋਗਰਾਮ ਬਣਾ ਲਿਆ। ਹਾਂਜੀ, ਲੱਖ ਪ੍ਰਭ ਰੁੱਖ ਤਬ ਦੁੰਦਭ ਬਾਜਾ, ਬਸ ਮਹਾਰਾਜ ਦਾ ਰੁੱਖ ਵੇਖ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਸੈਰ ਤੇ ਚੱਲੇ, ਤੇ ਨਗਾਰ ਜੀ ਸਿੱਖ ਜਿਹੜਾ ਨਗਾਰਾ ਵਜਾਉਂਦਾ ਸੀਗਾ ਉਹਨੇ ਬੜੀ ਉੱਚੀ ਨਗਾਰਾ ਵਜਾਇਆ ਸੰਗਤ ਦੀ। ਆਸੇ ਪਾਸੇ ਆਵਾਜ਼ ਫੈਲ ਗਈ ਵੀ ਮਹਾਰਾਜ ਸੱਚੇ ਪਾਤਸ਼ਾਹ ਸੈਰ ਤੇ ਚੱਲੇ। ਪਹਿਲੇ ਦਿਨ ਰਣਜੀਤ ਨਗਾਰਾ ਵੱਜਿਆ ਤੇ ਉਸੇ ਦਿਨ ਹੀ ਮਹਾਰਾਜ ਨੇ ਸੈਰ ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਜੀ। ਹਾਂਜੀ, ਦੋਹਰੀ ਚੋਬ ਮਨੋ ਘਨ ਗਾਜਾ, ਦੋਹਰੀਆਂ ਚੋਬਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵਜਵਾਈਆਂ, ਬੜੀ ਆਵਾਜ਼ ਆਈ ਜੀ ਉਹਦੀ ਜੀ। ਹਾਂਜੀ, ਉਹਦੀ ਆਵਾਜ਼ ਆਈ ਜੀ, ਕਿੱਥੇ ਸਾਡਾ ਨਗਾਰਤੀ ਜੀ, ਭਾਈ ਜਸਬੀਰ ਸਿੰਘ ਕਿੱਥੇ ਨੇ? ਉਹਨਾਂ ਨੂੰ ਸੱਦ ਕੇ ਲੈ ਗਿਆ, ਉਹ ਸਾਡਾ ਨਗਾਰਤੀ ਵੀ ਗਾਇਬ ਹੋ ਜਾਂਦਾ ਸਮੇਂ ਨਾਲ। ਗੱਜ ਕੇ ਅੱਖ ਵਾਹਿਗੁਰੂ ਹੈ, ਉਹ ਨਾਲ ਨਾਲ ਵੱਜਦਾ ਰਹੇ ਤੇ ਬੜਾ ਵਧੀਆ ਮਾਹੌਲ ਜਿਹਾ ਬਣਿਆ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਚੱਲਣ ਦਾ ਫੁਰਨਾ ਬਣਾਇਆ ਜੀ, ਨਗਾਰਾ ਵੱਜਿਆ ਜੀ। ਹਾਂਜੀ, ਚੱਲੇ ਆਨੰਦਪੁਰ ਤੇ ਬਾਹਰ, ਤੇ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਨੰਦਪੁਰ ਸਾਹਿਬ ਤੋਂ ਬਾਹਰ ਆ ਗਏ ਜੀ। ਅੱਗੇ ਅੱਗੇ ਨਗਾਰਾ ਵੱਜ ਰਿਹਾ, ਪਿੱਛੇ ਪਿੱਛੇ ਸਤਿਗੁਰੂ, ਤੇ ਸਤਿਗੁਰੂ ਦੇ ਪਿੱਛੇ ਸਾਧ ਸੰਗਤ ਜੀ, ਸਾਡੇ ਸਤਿਗੁਰੂ ਦੀਆਂ ਫੌਜਾਂ ਜੀ। ਹਾਂਜੀ, ਕਰ ਹੈ ਬਿਲੋਕਨ ਨਰਗਨ ਜ਼ਾਹਰ, ਤੇ ਹਰ ਕੋਈ ਵੇਖ ਰਿਹਾ, ਅੱਗੇ ਅੱਗੇ ਨਗਾਰਾ ਵੱਜ ਰਿਹਾ, ਪਿੱਛੇ ਪਿੱਛੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜਾ ਰਹੇ ਨੇ, ਹਰ ਕੋਈ ਵੇਖ ਰਿਹਾ। ਹਾਂਜੀ, ਗਮਨੇ ਉੱਤਰ ਦੇਸ਼ਮੁਖ ਕਰਕੇ, ਤੇ ਆਨੰਦਪੁਰ ਸਾਹਿਬ ਤੋਂ ਉੱਤਰ ਵਾਲੇ ਪਾਸੇ ਮੁੱਖ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਤੁਰ ਪਏ ਜੀ। ਸੁੰਦਰ ਸ਼ਗਨ ਦੇਖ ਮੁੰਦ ਭਰ ਕੇ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਐ ਮਹਾਰਾਜ ਦਾ ਸੁੰਦਰ ਮੁਖੜਾ, ਵੀਰ ਰਸ ਵਾਲਾ ਮਹਾਰਾਜ ਦਾ ਚਿਹਰਾ, ਤੇ ਆਨੰਦਪੁਰ ਸਾਹਿਬ ਤੋਂ ਉੱਤਰ ਵਾਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਤੁਰ ਪਏ ਜੀ। ਹਾਂਜੀ, ਚੜੀ ਬ੍ਰਿੰਦ ਸੈਨਾ ਚੱਲ ਪਾਛੇ, ਤੇ ਸਾਰੀ ਸੈਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਪਿੱਛੇ ਜਾ ਰਹੀ ਹੈ। ਭਾ ਉਤਸ਼ਾਹ ਸੁਭਟ ਮਨ ਆਛੇ, ਤੇ ਅੱਗੇ ਅੱਗੇ ਨਗਾਰਾ ਵੱਜਦਾ ਸੀਗਾ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਉਹ ਅੱਗੇ ਅੱਗੇ ਨਗਾਰਾ ਵੱਜ ਰਿਹਾ, ਪਿੱਛੇ ਪਿੱਛੇ ਸਤਿਗੁਰੂ, ਤੇ ਉਹਦੇ ਪਿੱਛੇ ਫੌਜਾਂ ਜੀ, ਤੇ ਬੜਾ ਹੀ ਵਧੀਆ ਲੱਗੇ ਜੀ ਵੇਖਣ ਵਾਲਿਆਂ ਨੂੰ ਸਭ ਨੂੰ, ਤੇ ਸੈਨਾ ਫੌਜਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਸੰਗਤ ਜੀ। ਜਰਨੈਲ ਅੱਗੇ ਵਧੀਆ ਹੋਵੇ ਤੇ ਫੌਜਾਂ ਅੰਦਰ ਵੈਸੇ ਚਾਅ ਬਣਿਆ ਰਹਿੰਦਾ ਜੀ, ਤੇ ਜੇ ਜਰਨੈਲ ਹੀ ਢਿੱਲੜ ਜਾ ਤੇ ਮਾੜਾ ਜਿਹਾ ਹੋਵੇ
ਤੇ ਫੌਜਾਂ ਜਿੰਨੀਆਂ ਮਰਜ਼ੀ ਤਗੜੀਆਂ ਹੋਣ ਕੋਈ ਫਾਇਦਾ ਨਹੀਂ ਜੀ। ਫੌਜਾਂ ਮਾੜੀਆਂ ਵੀ ਹੋਣ ਨਾ ਤੇ ਜਰਨੈਲ ਹੋਵੇ ਤਗੜਾ ਤੇ ਸਾਧ ਸੰਗਤ ਜੀ ਫੌਜਾਂ ਦੇ ਵਿੱਚ ਵੀ ਉਤਸ਼ਾਹ ਬਣਿਆ ਰਹਿੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ, ਨਗਾਰਾ ਵੱਜ ਰਿਹਾ, ਫੌਜਾਂ ਦੇ ਮਨ ਅੰਦਰ ਬੜਾ ਉਤਸ਼ਾਹ ਹੈਗਾ ਜੀ। ਹਾਂਜੀ, ਚਪਲ ਚਲਾਕੀ ਚਲਤ ਤੁਰੰਗ, ਮਹਾਰਾਜ ਦਾ ਘੋੜਾ ਕਈ ਪ੍ਰਕਾਰ ਦੇ ਕਰਤਬ ਕਰਦਾ, ਮਹਾਰਾਜ ਬੜੀ ਪਕੜ ਬਣਾ ਕੇ ਘੋੜੇ ਤੇ ਸੱਚੇ ਪਾਤਸ਼ਾਹ ਬੈਠੇ ਨੇ। ਹਾਂਜੀ, ਗਮਨਹਿ ਅੰਗ ਭਰੇ ਬਲ ਸੰਗ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸਾਰੇ ਸਰੀਰ ਦੇ ਅੰਗ ਬਲ ਨਾਲ ਭਰੇ ਹੋਏ ਸਾਧ ਸੰਗਤ ਜੀ। ਹਾਂਜੀ, ਸਨੇ ਸਨੇ ਕਾਨਨ ਮਹਿ ਗਏ, ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਜੀ। ਕਰਦਿਆਂ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜੰਗਲ ਵਿੱਚ ਚਲੇ ਗਏ ਜੀ। ਉੱਤਰ ਵਾਲੇ ਪਾਸੇ ਅਨੰਦਪੁਰ ਸਾਹਿਬ ਦੇ ਜੰਗਲ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਗਏ ਜੀ। ਸੰਗਤ ਜੀ ਬੜਾ ਕੁਝ ਹੈਗਾ ਜੀ ਉੱਥੇ ਅਨੰਦਪੁਰ ਸਾਹਿਬ ਵਿੱਚ ਜੀ। ਅਸੀਂ ਗੁਰੂ ਕੇ ਲਾਹੌਰ ਤੋਂ ਨਮਸਕਾਰ ਕਰਕੇ ਆਏ ਤਾਂ ਉੱਥੇ ਬੋਰਡ ਲੱਗਾ ਸੀਗਾ ਨੜ ਸਾਹਿਬ। ਹਾਂਜੀ, ਉਹ ਉੱਪਰ ਗਏ ਜੀ, ਕਿੰਨੀ ਉੱਤੇ ਗੁਰਦੁਆਰਾ ਸਾਹਿਬ ਆ, ਅਤੇ ਉੱਥੇ ਜਾ ਕੇ ਪਤਾ ਲੱਗਾ ਵੀ ਮਹਾਰਾਜ ਇਸ ਇਲਾਕੇ ਵਿੱਚ ਸ਼ਿਕਾਰ ਖੇਡਦੇ ਹੁੰਦੇ ਸੀਗੇ ਜੀ। ਹਾਂਜੀ, ਉੱਥੇ ਇੱਕ ਪੱਥਰ ਹੈਗਾ ਜੀ, ਪਹਾੜੀਆਂ ਨੇ ਕਰੀ ਮਹਾਰਾਜ 'ਤੇ ਗੋਲੀਆਂ ਚਲਾਤੀਆਂ ਜੀ, ਅਤੇ ਉਹ ਪੱਥਰ 'ਤੇ ਗੋਲੀਆਂ ਵੱਜੀਆਂ ਹੋਈਆਂ ਜੀ ਉੱਥੇ ਜੀ। ਹਾਂਜੀ, ਉਹ ਮਤਲਬ ਉਹ ਸਾਰੇ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬੜਾ ਵਿਚਰੇ ਜੀ, ਬਹੁਤ ਵਿਚਰੇ ਜੀ। ਵਿਚਰਦਿਆਂ ਵਿਚਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਵਿੱਚ ਪਹੁੰਚ ਗਏ ਜੀ। ਹਾਂਜੀ, ਜਾਤ ਅਨੇਕ ਮ੍ਰਿਗ ਦੇਖਤ ਭਏ, ਤੇ ਉੱਥੇ ਅਨੇਕਾਂ ਹੀ ਜਾਤਾਂ ਦੇ ਮ੍ਰਿਗ ਭਾਵ ਹਿਰਣ ਸਨ। ਹੁਣ ਤੇ ਮੇਰੇ ਖਿਆਲ ਨਾਲ ਆਪਾਂ ਚੋਂ ਕੋਈ ਵਿਰਲਾ ਹੀ ਬੰਦਾ ਹੋਏਗਾ ਜਿਹਨੇ ਹਿਰਣ ਵੇਖਿਆ ਹੋਏਗਾ ਜੀ। ਹਾਂਜੀ, ਡਿਸਕਵਰੀ 'ਤੇ ਨਹੀਂ, ਅਸਲੀ ਦੀ ਮੈਂ ਗੱਲ ਕਰਦਾ, ਕੋਈ ਵਿਰਲਾ ਹੀ ਬੰਦਾ ਹੋਏਗਾ ਜਿਹਨੇ ਇੱਦਾਂ ਵਿਚਰਦਿਆਂ ਹਿਰਣ ਵੇਖਿਆ ਹੋਏਗਾ। ਅਤੇ ਤੁਸੀਂ ਪਿੰਨੀ ਕਥਾ ਸੁਣਦੇ ਹੋ, ਕਿੰਨਾ ਜ਼ਿਕਰ ਆਉਂਦਾ ਵੀ ਫਲਾਣੀ ਥਾਂ 'ਤੇ ਹਿਰਣ ਜਾ ਰਿਹਾ ਸੀ ਅਤੇ ਉਹਦਾ ਸ਼ਿਕਾਰ ਹੋਇਆ ਜੀ ਉੱਥੇ ਜੀ। ਹਾਂਜੀ, ਹਿਰਣ ਬਹੁਤ ਤੇਜ਼ ਭੱਜਦਾ ਜੀ, ਹਿਰਣ ਨੂੰ ਮਾਰਨ ਵਾਸਤੇ ਨਾ ਬੜਾ ਬਲਵਾਨ ਬੰਦਾ ਚਾਹੀਦਾ ਜੀ। ਹਾਂਜੀ, ਹਿਰਣ ਬਹੁਤ ਤੇਜ਼ 'ਚ ਭੱਜਦਾ, ਬਹੁਤ ਜ਼ਿਆਦਾ ਤੇਜ਼ ਜੀ, ਇਹ ਬੰਦਾ ਇਹਦੇ ਬਰਾਬਰ ਦੌੜ ਨਹੀਂ ਸਕਦਾ ਜੀ, ਹਿਰਣ ਦੇ ਬਰਾਬਰ ਜੀ। ਹਾਂਜੀ, ਛੋਟਾ ਜਿਹਾ ਕੱਦ ਹੁੰਦਾ ਅਤੇ ਬੜਾ ਭੱਜਦਾ ਜੀ ਇਹ ਜੀ। ਉੱਥੇ ਜੰਗਲ ਵਿੱਚ ਕਈ ਹਿਰਣ ਸਨ, ਕਈ ਹਿਰਣ, ਅਤੇ ਸਾਧ ਸੰਗਤ ਮਾਫ ਕਰਿਓ, ਹੁਣ ਇੱਥੇ ਜਿਨ੍ਹਾਂ ਦੇ ਅੰਦਰ ਸ਼ਰਧਾ ਕੋਈ ਨਹੀਂ ਨਾ, ਉਹ ਭੁਲੇਖੇ ਵਿੱਚ ਪੈ ਜਾਣਗੇ, ਲਓ ਮਹਾਰਾਜ ਹਿਰਣਾਂ ਨੂੰ ਮਾਰਨ ਚਲੇ ਗਏ। ਇਹ ਹਿਰਣ ਕੋਈ ਹੋਰ ਨਹੀਂ ਸੀਗੇ ਜੀ, ਮਨੁੱਖਾ ਜਨਮ ਮਿਲਿਆ ਅਤੇ ਗਲਤੀਆਂ ਕਰ ਬੈਠੇ, ਅਤੇ ਹੁਣ ਹਿਰਣ ਦਾ ਜਨਮ ਮਿਲਿਆ ਅਤੇ ਤਰਾਹੀ ਮਾਮ ਕਰਨ ਦੇ, ਸਾਨੂੰ ਲੰਮੀ ਉਮਰ ਹੁੰਦੀ ਜੀ ਇਹਨਾਂ ਦੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਅੱਜ ਉਧਾਰ ਕਰਨ ਵਾਸਤੇ ਨਿਕਲੇ ਜੀ ਇਹਨਾਂ ਦਾ ਜੀ, ਇਹਨਾਂ ਹਿਰਣਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨਿਕਲੇ ਨੇ ਜੀ। ਹਾਂਜੀ, ਬੜੇ ਪ੍ਰਕਾਰ ਦੇ ਹਿਰਣ ਜੰਗਲ ਦੇ ਵਿੱਚ ਸਨ ਜੀ। ਹਾਂਜੀ, ਤੀਰਨ ਸਾਥ ਕਿਤਕ ਤਹਿ ਮਾਰੇ, ਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਤੀਰ ਮਾਰਿਆ ਜੀ, ਫਿਰ ਹਿਰਣਾਂ ਦੇ ਪਿੱਛੇ ਖਲੋਤੀ ਹੋਈ ਚੀਜ਼ ਨੂੰ ਤੀਰ ਮਾਰ ਕੇ ਡੇਗ ਦੇਣਾ ਆਮ ਜੀ ਗੱਲ ਹੈ, ਭੱਜ ਰਹੀ ਹੋਵੇ ਚੀਜ਼ ਉਹਨੂੰ ਤੀਰ ਮਾਰ ਕੇ ਮਾਰਨਾ ਥੋੜ੍ਹਾ ਔਖਾ ਕੰਮ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਅੱਗੇ ਹਿਰਣ ਜਾ ਰਹੇ, ਅਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ, ਵੇਖੋ ਉਮਰ ਸਰੀਰ ਦੀ ਅਜੇ ਬਹੁਤੀ ਵੱਡੀ ਨਹੀਂ ਹੈ, ਮਹਾਰਾਜ ਨੇ ਆਪਣੇ ਮੋਢੇ ਤੋਂ ਲਾਇਆ ਕਮਾਨ, ਅਤੇ ਪੱਥੇ 'ਚੋਂ ਕੱਢਿਆ ਤੀਰ, ਅਤੇ ਤੀਰ ਸਜਾਇਆ, ਭੱਜਦਾ ਹੋਇਆ ਹਿਰਣ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਹਿਰਣ ਨੂੰ ਮਾਰ ਕੇ ਉਹਦਾ ਭਲਾ ਕਰ ਦਿੱਤਾ ਜੀ। ਸੱਚੇ ਪਾਤਸ਼ਾਹ ਨੇ ਭਲਾ ਕੀਤਾ, ਹੁਣੇ ਭਾਈ ਸੰਤੋਖ ਸਿੰਘ ਜੀ ਨੇ ਲਿਖ ਦੇਣੀ ਪੰਕਤੀ ਜੀ। ਹਾਂਜੀ, ਗੁਰ ਕਰਤੇ ਮਰ ਸੁਰਗ ਸਿਧਾਰੇ, ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਸਾਧ ਸੰਗਤ ਕਈ ਹਿਰਣਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਿਕਾਰ ਕੀਤਾ, ਜਿਹੜਾ ਜਿਹੜਾ ਹਿਰਣ ਮਹਾਰਾਜ ਦੇ ਤੀਰ ਦੇ ਨਾਲ ਮਰਦਾ ਗਿਆ ਉਹ ਸੱਚਖੰਡ ਵਿੱਚ ਪਹੁੰਚਦਾ ਗਿਆ ਜੀ। ਸਾਧ ਸੰਗਤ ਇਹ ਗੱਲਾਂ ਸੋਚ ਕੇ ਨਾ ਕਈ ਵਾਰੀ ਮਨ ਹੈਰਾਨ ਹੋ ਜਾਂਦਾ ਜੀ,
ਜੇ ਹਿਰਣ ਨੂੰ ਤੀਰ ਵੱਜਾ ਤੇ ਹਿਰਣ ਸੱਚਖੰਡ ਵਿੱਚ, ਹਿਰਣ ਤੇ ਜਾਨਵਰ ਹੈ ਤੇ ਅਸੀਂ ਤੇ ਗੁਰੂ ਜੀ ਦੇ ਸਿੱਖ ਹਾਂ ਜੀ, ਸਾਡਾ ਨਹੀਂ ਭਲਾ ਹੋਏਗਾ ਜੀ? ਹਾਂਜੀ, ਸਾਡਾ ਨਹੀਂ ਭਲਾ ਹੋਏਗਾ? ਸਾਨੂੰ ਵੀ ਮਹਾਰਾਜ ਮੁਕਤ ਕਰ ਸਕਦੇ ਜੀ? ਗੁਰੂ ਸਾਹਿਬ ਤੇ ਬੜੇ ਵੱਡੇ ਨੇ, ਗੱਜ ਕੇ ਆਖੋ ਸਾਰੇ, ਫਿਰ ਆਖੋ ਜੀ, ਫਿਰ ਆਖੋ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਨੇ ਸੰਗਤ ਜੀ। ਗੁਰੂ ਦੇ ਸੇਵਕਾਂ ਚ ਬੜੀਆਂ ਤਾਕਤਾਂ ਵੇਖੀਆਂ ਜੀ, ਬੜੀਆਂ ਤਾਕਤਾਂ। ਜਿਨ੍ਹਾਂ ਨਾਮ ਜਪਿਆ ਉਹ ਆਪ ਮੁਕਤ ਤੇ ਦੂਜਿਆਂ ਨੂੰ ਮੁਕਤ ਕਰ ਗਏ ਜੀ। ਉਹ ਜੀ ਜਿਉਂਦਿਆਂ ਜੀ ਉਹ ਦੂਜਿਆਂ ਨੂੰ ਮੁਕਤ ਕਰਕੇ ਵੀ ਅੱਜ ਤੋਂ ਆਹ ਜਨਮ ਤੁਹਾਡਾ ਹੈਗਾ, ਇਹਦੇ ਤੋਂ ਬਾਅਦ ਤੁਹਾਡਾ ਦੂਜਾ ਜਨਮ ਹੀ ਕੋਈ ਨਹੀਂ ਹੈਗਾ ਜੀ। ਇਹ ਖੇਡਾਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਹਰ ਥਾਂ ਤੇ ਨਹੀਂ ਤੇ ਵਰਤਦੀਆਂ। ਮਹਾਰਾਜ ਦਸਵੇਂ ਪਾਤਸ਼ਾਹ ਨੇ ਮਾਰਿਆ ਤੀਰ ਤੇ ਤੀਰ ਵੱਜਾ ਹਿਰਣ ਦੇ ਤੇ ਹਿਰਣ ਦਾ ਜਨਮ ਮਰਨ ਕੱਟਿਆ ਗਿਆ ਤੇ ਹਿਰਣ ਸੱਚਖੰਡ ਚ ਪਹੁੰਚ ਗਿਆ ਜੀ। ਕਿੱਡੀ ਵੱਡੀ ਗੱਲ ਹੈ ਜੀ। ਹਾਂਜੀ, ਬਾਕੀ ਜਿੰਨਾ ਮਰਜ਼ੀ ਅਸੀਂ ਤੇ ਕਿਸੇ ਕੀੜੀ ਨੂੰ ਨਹੀਂ ਮੁਕਤ ਕਰ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਮਾਰ ਸਕਦੇ ਹਾਂ ਪਰ ਜੇ ਬੰਦਾ ਮੁਕਤ ਕਰਨ ਦੀ ਸੋਚੇ ਤੇ ਕੀੜੀ ਨੂੰ ਮੁਕਤ ਨਹੀਂ ਚੇ ਕਰ ਸਕਦਾ ਜੀ। ਗੁਰੂ ਗੁਰੂ ਹੀ ਹੁੰਦਾ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਜੰਗਲ ਵਿੱਚ ਗਿਆ, ਪਤਾ ਨੀ ਕਿੰਨਿਆਂ ਕੁ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਲਾ ਕਰ ਰਹੇ। ਹਾਂਜੀ, ਏਮ ਬਿਲਾਸ ਬਨ ਮੈਂ ਵੱਢ ਕਰਤੇ। ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੰਗਲ ਦੇ ਵਿੱਚ ਕਈ ਬਿਲਾਸ ਕੀਤੇ। ਸੱਚੇ ਪਾਤਸ਼ਾਹ ਨੇ ਕਈ ਚੋਜ ਕੀਤੇ, ਕਈ ਜਾਨਵਰਾਂ ਦਾ ਮਹਾਰਾਜ ਨੇ ਭਲਾ ਕੀਤਾ ਜੀ, ਕਈ ਜਾਨਵਰਾਂ ਦਾ ਜੀ। ਹਾਂਜੀ, ਜਾਤ ਬ੍ਰਿਸ਼ਨ ਕੇ ਪੁੰਜ ਨੇ ਹਰਤੇ ਤੇ ਇੱਕ ਥਾਂ ਤੇ ਰੁੱਖਾਂ ਦਾ ਝੁੰਡ ਸੀਗਾ ਜੀ ਬੜਾ ਵੱਡਾ। ਹਾਂਜੀ, ਸਨੇ ਸਨੇ ਪਹੁੰਚੇ ਤਹਿ ਜਾਈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੇਤ ਫੌਜਾਂ ਦੇ ਉਸ ਰੁੱਖ ਦੇ ਝੁੰਡ ਹੇਠਾਂ ਪਹੁੰਚ ਕੇ ਸੱਚੇ ਪਾਤਸ਼ਾਹ। ਹਾਂਜੀ, ਕਿਤਕ ਦੂਰ ਰਹਿ ਗੋ ਗਿਰ ਰਾਈ ਤੇ ਬਸ ਪਹਾੜੀ ਰਾਜਾ ਥੋੜੀ ਦੂਰ ਸੀਗਾ ਜੀ ਉਹਦੇ ਤੋਂ। ਭੀਮ ਚੰਦ, ਗੱਜ ਕੇ ਆਖੋ, ਫਿਰ ਆਖੋ, ਭੀਮ ਚੰਦ ਦੇ ਵੀ ਤੇ ਕੰਨ ਹਿਲਾਉਣੇ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ। ਬੜੇ ਹੰਕਾਰ ਚ ਬੈਠਾ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ, ਭੀਮ ਚੰਦ ਤੋਂ ਥੋੜੀ ਦੂਰ ਰਹਿ ਕੇ। ਦੁੰਦਭ ਨਾਮ ਗੁਰੂ ਤਬ ਰਾਖਾ, ਉੱਥੇ ਫਿਰ ਗੁਰੂ ਸਾਹਿਬ ਨੇ ਨਗਾਰੇ ਦਾ ਨਾਮ ਰੱਖਿਆ ਸਾਧ ਸੰਗਤ। ਹਾਂਜੀ, ਸਭ ਤੇ ਸੁਨਤਿਓ ਉੱਚੇ ਭਾਖਾ, ਸਾਰੇ ਸੁਣ ਰਹੇ, ਫੌਜਾਂ ਸਾਰੀਆਂ ਸੁਣ ਰਹੀਆਂ ਤੇ ਕਿਉਂਕਿ ਹੁਣ ਜੰਗ ਵਾਲੇ ਦੇ ਕੋਲ ਪਹੁੰਚ ਚੱਲੇ ਨਾ ਮਹਾਰਾਜ, ਤੇ ਮਹਾਰਾਜ ਹੁਣ ਆਪਣੇ ਨਗਾਰੇ ਦਾ ਨਾਮ ਰੱਖਣ ਲੱਗੇ। ਮਹਾਰਾਜ ਕਹਿੰਦੇ ਫੌਜੋ ਸਾਡੇ ਨਗਾਰੇ ਦਾ ਜਿਹੜਾ ਨਾਮ ਹੈ ਉਹ ਸੁਣੋ। ਕਹਿਣ ਲੱਗੇ ਹਾਂਜੀ, ਗੁਰ ਘਰ ਕੋ ਰਣਜੀਤ ਨਗਾਰਾ, ਗੱਜ ਕੇ ਆਖੋ ਸਾਰੇ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਗੁਰੂ ਘਰ ਦਾ ਰਣਜੀਤ ਨਗਾਰਾ ਚ ਰਣਜੀਤ ਨਗਾਰਾ ਜੀ, ਭਾਵ ਜੰਗ ਹੋ ਰਹੀ ਹੋਵੇ ਤੇ ਜਿਸ ਜੰਗ ਰਣ ਵਿੱਚ ਇਹਨੂੰ ਲੈ ਜਾਓ, ਕਹਿਣ ਲੱਗੇ ਇਹਨੂੰ ਵਜਾ ਦੋ, ਜੰਗ ਜਿੱਤੀ ਜਾਏਗੀ। ਕਹਿਣ ਲੱਗੇ ਗੱਜ ਕੇ ਆਖੋ ਆਖੋ, ਨਗਾਰੇ ਚ ਸ਼ਕਤੀ ਮਹਾਰਾਜ ਨੇ ਭਰਤੀ ਸਾਰੀ ਜੀ। ਫਿਰ ਗੱਲ ਸੁਣਿਓ, ਜੰਗ ਹੋ ਰਹੀ ਹੋਵੇ ਤੇ ਉਸ ਜੰਗ ਵਿੱਚ ਰਣ ਵਿੱਚ ਨਗਾਰਾ ਜਾ ਕੇ ਵਜਾ ਦਿਓ, ਆਹ ਵਾਲਾ ਰਣ ਜਿੱਤੀ ਜਾਏਗੀ। ਕਹਿਣ ਲੱਗੇ ਇਸ ਕਰਕੇ ਮਹਾਰਾਜ ਨੇ ਨਗਾਰੇ ਦਾ ਨਾਮ ਰੱਖਤਾ ਰਣਜੀਤ। ਸਤਿ ਸ੍ਰੀ ਅਕਾਲ, ਮਹਾਰਾਜ ਨੇ ਨਾਮ ਹੀ ਰਣਜੀਤ ਰੱਖਤਾ ਜੀ। ਹਾਂਜੀ, ਦੋਹਰੀ ਚੋਬ ਦੇਹੋ ਬਲ ਧਾਰਾ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਭਾਈ ਨਗਾਰੇ ਦੇ ਨਾਮ ਰੱਖਣ ਦੀ ਖੁਸ਼ੀ ਵਿੱਚ ਨਗਾਰਾ ਵਜਾਓ। ਕਹਿਣ ਲੱਗੇ ਬੋਲੇ ਸੋਨਿਹਾ, ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਨਗਾਰੇ ਦੇ ਨਾਮ ਰੱਖਣ ਦੀ ਖੁਸ਼ੀ ਚ ਨਗਾਰਾ ਵਜਾ, ਦੋਹਰੀਆਂ ਚੋਬਾਂ ਲਾ ਭਾਈ। ਹਾਂਜੀ, ਸੁਣ ਹੈ ਦੂਰ ਲੱਗ ਜ਼ਾਹਿਰ ਹੋਵੇ, ਮਹਾਰਾਜ ਕਹਿੰਦੇ ਇੰਨੀ ਉੱਚੀ ਵਜਾਵੀ, ਕਹਿਣ ਲੱਗੇ ਦੂਰ ਤੱਕ ਆਵਾਜ਼ ਜਾਵੇ
ਕਹਿਣ ਦਾ ਮਤਲਬ ਸੀ ਵੀ ਭੀਮ ਚੰਦ ਕੋਲ ਆਵਾਜ਼ ਜਾਵੇ ਜੀ, ਉਹਦੇ ਇਲਾਕੇ ਚ ਮਹਾਰਾਜ ਪਹੁੰਚ ਗਏ ਨਾ ਸੱਚੇ ਪਾਤਸ਼ਾਹ। ਹਾਂਜੀ, ਦੇਸ਼ ਨਿਕਟ ਕੋ ਲੱਖ ਲੱਖ ਜੋਵੈ, ਸੱਚੇ ਪਾਤਸ਼ਾਹ ਨੇ ਕਹਿ ਹੀ ਦਿੱਤਾ। ਮਹਾਰਾਜ ਕਹਿੰਦੇ ਆ ਲਾਗੇ ਜਿਹੜੇ ਵੱਸ ਰਹੇ ਨੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਗੁਰੂ ਘਰ ਚ ਨਗਾਰੇ ਬਣ ਗਏ ਨੇ। ਹਾਂਜੀ, ਸੁਨ ਨਗਾਰਚੀ ਗੁਰ ਬਚ ਜਾਵੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਨਗਾਰੇ ਨੇ ਨਗਾਰਚੀ ਨੇ ਸੁਣਿਆ, ਬਲ ਤੇ ਕਰਿਓ ਬਜਾਵਨ ਤਬੈ, ਬੜੇ ਬਲ ਨਾਲ ਬੜੀ ਜ਼ੋਰ ਦੇ ਨਾਲ ਫਿਰ ਸਾਧ ਸੰਗਤ ਜੀ ਉਹਨੇ ਨਗਾਰਾ ਵਜਾਇਆ ਜੀ। ਹਾਂਜੀ, ਦੋਹਰੀ ਚੋਬ ਪਰੀ ਧੁਨ ਐਸੀ, ਬਹੁਤ ਜ਼ੋਰ ਦੀ ਆਪਣੇ ਸਰੀਰ ਦਾ ਨਾ ਜੀ ਸਾਰਾ ਬਲ ਲਾ ਕੇ ਉਹਨੇ ਨਗਾਰਾ ਵਜਾਇਆ। ਸਾਗਰ ਭਾਈ ਸਾਹਿਬ ਨੇ ਵੀ ਸਾਰਾ ਬਲ ਲਾ ਲਿਆ ਜੀ। ਹਾਂਜੀ, ਇਹ ਮੈਨੂੰ ਬੈਠੇ ਕਹਿਣ ਲੱਗੇ ਵੀ ਨਗਾਰਾ ਬਣਾਉਣਾ ਹੀ ਪੈਣਾ ਕਹਿਣ ਲੱਗੇ, ਉਹ ਮੈਂ ਦੁਬਾਰਾ ਜੀ ਆਵਾਜ਼ ਮਾਰ ਲਈ ਵੀ ਆ ਜਾਓ ਅੰਦਰ, ਕਹਿੰਦੇ ਵੀ ਨਗਾਰਾ ਬਣਾਉਣਾ ਪੈਣਾ ਹੁਣ। ਹਾਂਜੀ, ਆ ਲਾਗੋਂ ਕਹਿੰਦੇ ਅਸਲੀ ਬਣਾ ਲਓ ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ। ਕੋਈ ਨੀ, ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਇਆ ਓਦਾਂ ਹੀ ਹੋ ਜਾਏਗਾ ਜੀ। ਹਾਂਜੀ, ਨਗਾਰਾ ਵੱਜਿਆ ਸਾਧ ਸੰਗਤ ਜੀ। ਹਾਂਜੀ, ਸਾਗਰ ਸ਼ਬਦ ਦੂਰ ਹੋਵੇ ਜੈਸੇ, ਇਸ ਤਰ੍ਹਾਂ ਨਗਾਰਾ ਵਜਾਇਆ, ਨਗਾਰਾ ਵਜਾਉਣ ਵਾਲੇ ਨੇ ਕਮਾਲ ਕਰਤੀ ਜਿਵੇਂ ਬੱਦਲ ਗੱਜੇ ਹੁਣ ਸਾਧ ਸੰਗਤ ਜੀ। ਹਾਂਜੀ, ਸਪਤ ਸੈਲ ਧਾਰਾ ਥਰ ਹਰੀ, ਇੰਨੀ ਟ੍ਰੇਂਡ ਸੀਗਾ ਉਹ ਨਗਾਰ ਜੀ, ਉਹਨੇ ਇਸ ਤਰੀਕੇ ਨਾਲ ਨਗਾਰਾ ਵਜਾਇਆ ਲਾਗੇ ਸੱਤ ਪਹਾੜਾਂ ਦੀਆਂ ਚੋਟੀਆਂ ਸਨ, ਸਾਰੀਆਂ ਚੋਟੀਆਂ ਚ ਆਵਾਜ਼ ਗਈ ਜੀ ਉੱਥੇ ਜੀ। ਹਾਂਜੀ, ਸੱਤਾਂ ਚੋਟੀਆਂ ਦੇ ਵਿੱਚ ਆਵਾਜ਼ ਗਈ ਨਗਾਰੇ ਦੀ। ਹਾਂਜੀ, ਔਚਕ ਸਭ ਕੇ ਸ਼ਰੁੱਤ ਧੁਨ ਪਰੀ, ਅਚਾਨਕ ਹੀ ਸਾਰਿਆਂ ਦੇ ਕੰਨਾਂ ਵਿੱਚ ਆਵਾਜ਼ ਚਲੇਗੀ। ਸਾਧ ਸੰਗਤ ਪਹਾੜੀ ਇਲਾਕੇ ਵਿੱਚ ਤੁਹਾਨੂੰ ਪਤਾ ਆਵਾਜ਼ ਗੂੰਜਦੀ ਵੀ ਬੜੀ ਹੈ ਜੀ। ਹਾਂਜੀ, ਆਵਾਜ਼ ਬੰਦਾ ਉੱਚੀ ਮਾਰੇ ਆਵਾਜ਼ ਪਰਤ ਕੇ ਵਾਪਸ ਕੰਨਾਂ ਵਿੱਚ ਆ ਕੇ ਆਵਾਜ਼ ਪੈ ਜਾਂਦੀ ਜੀ। ਹਾਂਜੀ, ਉਹ ਬੜੀ ਆਵਾਜ਼ ਗੂੰਜੀ ਜੀ ਨਗਾਰੇ ਦੀ। ਹਾਂਜੀ, ਚਾਹੋਂ ਦਿਸ਼ ਗਰਜੇ ਤਬੇ ਪਹਾੜਾ, ਪਹਾੜ ਤੇ ਮਾਨੋ ਮਹਾਰਾਜ ਸੱਚੇ ਪਾਤਸ਼ਾਹ ਦੇ ਰਣਜੀਤ ਨਗਾਰੇ ਦੀ ਆਵਾਜ਼ ਨਾਲ ਗਰਜ ਪਏ ਜੀ ਇੱਕਰੀ ਦੀ। ਹਾਂਜੀ, ਨੰਦਤ ਬ੍ਰਿੰਦ ਕੰਧਰਾ ਭਾਰਾ, ਤੇ ਇੱਕਰੀ ਤੇ ਇੰਨੀ ਜ਼ਿਆਦਾ ਉੱਚੀ ਆਵਾਜ਼ ਗਈ, ਆਸੇ ਪਾਸੇ ਆਵਾਜ਼ ਫੈਲੀ ਤੇ ਨਗਾਰੇ ਦੀ ਆਵਾਜ਼ ਫਿਰ ਆ ਕੇ ਮਹਾਰਾਜ ਦੇ ਕੰਨਾਂ 'ਚ ਦੁਬਾਰਾ ਪਈ ਜੀ। ਪਹਾੜੀ ਇਲਾਕੇ ਦਾ ਸਿਸਟਮ ਹੁੰਦਾ ਸਾਧ ਸੰਗਤ, ਆਵਾਜ਼ ਮਾਰੋ ਆਵਾਜ਼ ਦੂਰ ਪਹੁੰਚੇਗੀ, ਫਿਰ ਪਰਤ ਕੇ ਆ ਕੇ ਕੰਨਾਂ 'ਚ ਪਏਗੀ ਜੀ। ਉਹ ਮਾਨੋ ਦੋ ਵਾਰ ਨਗਾਰਾ ਵੱਜਿਆ ਹੋਵੇ, ਐਸਾ ਸਾਰਿਆਂ ਨੂੰ ਮਹਿਸੂਸ ਹੋਇਆ ਜੀ। ਮਹਾਰਾਜ ਘੋੜੇ ਤੇ ਖਲੋਤੇ ਸਾਰੀ ਗੱਲ ਵੇਖ ਰਹੇ ਤੇ ਸੁਣ ਰਹੇ ਜੀ। ਹਾਂਜੀ, ਬਾਨਵੇਂ ਸ਼ਬਦ ਪਸਰ ਵੱਡ ਗਯੋ, ਸੁਨਤ ਅਚੰਬਾ ਸਭ ਕੋ ਭਯੋ, ਸਤਿਗੁਰ ਸ਼ਕਤ ਭਈ ਤਬ ਐਸੇ, ਧੁੰਦ ਦੁੰਦਪ ਤੇ ਅਚਰਜ ਜੈਸੇ, ਭੀਮ ਚੰਦ ਨਿਰਪ ਸਭਾ ਲਗਾਈ। ਥੋੜੀ ਦੂਰ ਹੰਕਾਰੀ ਬੈਠਾ ਸੀਗਾ ਭੀਮ ਚੰਦ, ਗੱਜ ਕੇ ਆਖੋ ਵਾਹਿਗੁਰੂ। ਉਹ ਕੁਦਰਤੀ ਉਹਨੇ ਸਾਰੇ ਰਾਜਿਆਂ ਦੀ ਮੀਟਿੰਗ ਸੱਦੀ ਸੀ ਉਦਣ ਜੀ। ਹਾਂਜੀ, ਉਹਨੇ ਸਾਰੇ ਰਾਜਿਆਂ ਦੀ ਮੀਟਿੰਗ ਸੱਦੀ ਤੇ ਸਾਰੇ ਇਕੱਠੇ ਹੋ ਕੇ ਬੈਠੇ ਸੀਗੇ ਜੀ। ਭੀਮ ਚੰਦ ਆਪਣੀ ਸਭਾ ਲਗਾ ਕੇ ਬੈਠਾ ਹੈ। ਹਾਂਜੀ, ਤਿੰਨਕੇ ਕਾਨ ਪਰੀ ਧੁਨ ਜਾਈ, ਗੱਜ ਕੇ ਆਖ ਵਾਹਿਗੁਰੂ। ਮਹਾਰਾਜ ਐਵੇਂ ਥੋੜੀ ਲੈ ਕੇ ਆਏ ਨੇ, ਮਹਾਰਾਜ ਦਾ ਕਾਰਨ ਹੈ ਲੈ ਕੇ ਆਉਣ ਦਾ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜਦੋਂ ਨਗਾਰਾ ਵਜਵਾਇਆ ਤੇ ਉਹ ਆਵਾਜ਼ ਹੀ ਇਸ ਤਰ੍ਹਾਂ ਦੀ ਹੀ, ਸਾਧ ਸੰਗਤ ਭੀਮ ਚੰਦ ਸਭਾ ਚ ਬੈਠਾ ਗੱਲਾਂ ਕਰਨ ਦਿਆ, ਉਹਦੇ ਕੰਨਾਂ ਵਿੱਚ ਰਣਜੀਤ ਨਗਾਰੇ ਦੀ ਆਵਾਜ਼ ਪਈ ਜੀ ਉੱਥੇ ਜੀ। ਹਾਂਜੀ, ਦਲਕਿਓ ਰਿਦਾ ਬਾਤ ਸਭ ਛੋਰੀ, ਉਹਦਾ ਤੇ ਹਿਰਦਾ ਕੰਬ ਗਿਆ ਜੀ ਇੱਕਰੀ ਜੀ ਆਵਾਜ਼ ਸੁਣ ਕੇ ਨਾ। ਉਹ ਸਾਰੀਆਂ ਸਭਾ ਦੀਆਂ ਜਿਹੜੀਆਂ ਗੱਲਾਂ ਸਨ ਉੱਥੇ ਉਹਨੇ ਰੁਕਾਤੀਆਂ, ਕਹਿਣ ਲੱਗਾ ਗੱਲਾਂ ਬੰਦ ਕਰੋ ਕਹਿਣ ਲੱਗਾ। ਹਾਂਜੀ, ਲੱਗਿਓ ਸੁਣਨ ਸੁਰਤ ਕਰ ਤਿਸ ਪੋਰੀ, ਤੇ ਬੜੀ ਸੁਰਤ ਲਾ ਕੇ ਨਗਾਰੇ ਦੀ ਆਵਾਜ਼ ਸੁਣਨ ਲੱਗ ਪਿਆ। ਜਿਹੜੇ ਰਾਜੇ ਹੁੰਦੇ ਜੀ ਹੁੰਦੇ ਤੇ ਬੜੇ ਟ੍ਰੇਨਡ ਨੇ ਜੀ, ਇਹ ਜੀ ਐਸੀ ਗੱਲ ਨਹੀਂ, ਬੁੱਧੀਵਾਨ ਹੁੰਦੇ ਤਾਂਹੀਓ ਰਾਜੇ ਬਣਦੇ ਜੀ। ਉਹ ਬੜੀ ਸੁਰਤ ਲਾ ਕੇ ਨਾ ਨਗਾਰੇ ਦੀ ਆਵਾਜ਼ ਸੁਣਨ ਲੱਗ ਪਿਆ ਜੀ। ਹਾਂਜੀ, ਦੋਹਰੀ ਚੋਬ ਪਰੀ ਜਬ ਗਾਡੇ, ਸੁਣ ਸੁਣ ਸਭ ਕੇ ਸ਼ੰਕਾ ਬਾਡੇ, ਗੱਜ ਕੇ ਆਖੋ ਫੇਰ ਆਖੋ ਫੇਰ ਆਖੋ ਉੱਚੀ ਆਖੋ। ਸਾਧ ਸੰਗਤ ਭੀਮ ਚੰਦ ਆਵਾਜ਼ ਸੁਣ ਰਿਹਾ, ਮਹਾਰਾਜ ਘੋੜੇ ਤੇ ਬੈਠੇ
महाराज नूं पता भी भीम चंद को आवाज पहुंच गई है। कद के आखो भीम चंद को आवाज पहुंच गई है उहदे कन्नां च। महाराज ने नगारे आले नूं फिर आख्या, महाराज कहिंदे करी फिर वजा नगारा, कहिण लगे बोले सोनिया श्री अकाल। महाराज कहिंदे फिर वजा, कहिण लगे नगारा। सात संगत उहने फिर नगारा वजाता। अजे भीम चंद आवाज सुन के रुके आई सीगा, ਉਹ ਦੂਜੀ ਵਾਰੀ ਫਿਰ ਉਹਨੂੰ ਬਾਤ ਸੁਣ ਗਈ ਭੀਮ ਚੰਦ ਨੂੰ ਜੀ। ਹਾਂਜੀ ਮਹਿ ਪਾਲਕ ਢਿੱਗ ਸਚਿਵ ਨਿਹਾਰਾ ਤੇ ਰਾਜੇ ਦੇ ਨੇੜੇ ਨੇੜੇ ਜਿਹੜੇ ਮੰਤਰੀ ਸੀ ਹੋਰ ਸੀਗੇ ਉਹ ਸਾਰੇ ਸੁਣਨ ਲੱਗ ਪਏ। ਭੀਮ ਚੰਦ ਬੜਾ ਹੈਰਾਨ ਹੋ ਕੇ ਆਪਣੇ ਮੰਤਰੀ ਨੂੰ ਪੁੱਛਣ ਲੱਗਾ ਜੀ। ਹਾਂਜੀ ਹਿਤ ਬੂਜਨ ਕੇ ਤਬੇ ਉਚਾਰਾ ਹਾਂਜੀ ਧੁਨ ਗੰਭੀਰ ਦਮਾਮੈ ਉੱਠੈ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਭੀਮ ਚੰਦ ਕਹਿਣ ਲੱਗਾ, ਆ ਜਿਹੜੇ ਦਮਾਮੇ ਦੀ ਆਵਾਜ਼ ਆ ਰਹੀ ਨਾ ਨਗਾਰੇ ਦੀ, ਇਹ ਆਮ ਆਵਾਜ਼ ਨਹੀਂ ਹੈ। ਕੀ ਕਹਿਣ ਲੱਗਾ, ਕੋਈ ਨਾ ਕੋਈ ਕਾਰਨ ਹੈ, ਬੜੀ ਗੰਭੀਰ ਆਵਾਜ਼ ਹੈ। ਹਾਂਜੀ ਇਸ ਕੋ ਇਹ ਬਾਜਤ ਅਬ ਕਠ ਹੈ ਤੇ ਇਹ ਨਗਾਰਾ ਕਿਹੜੇ ਪਾਸਿਓਂ ਵੱਜ ਰਿਹਾ। ਕਹਿਣ ਲੱਗਾ ਸਾਰੇ ਰਾਜੇ ਤੇ ਸਾਡੇ ਕੋਲ ਨੇ ਤੇ ਨਗਾਰਾ ਕੌਣ ਵਜਾ ਰਿਹਾ ਹੈ, ਇਹ ਨਹੀਂ ਪਤਾ ਵੀ ਰਾਜਿਆਂ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਵਜਾ ਰਹੇ ਨੇ। ਹੈ ਆਹ ਜਿਹੜੇ ਰਾਜੇ ਤਾਂ ਦੁਨੀਆਂ ਦੇ ਕੀੜੇ ਨੇ, ਬਾਹਰ ਪਾਤਸ਼ਾਹ ਨਗਾਰਾ ਵਜਾ ਰਹੇ ਨੇ। ਹਾਂਜੀ ਕਿਸੇ ਗੁਰੇਸ਼ਰ ਕੋ ਅਸ ਨਾਹੀ, ਬਾਕੀ ਪਹਾੜੀ ਰਾਜੇ ਮੇਰੇ ਕੋਲ ਬੈਠੇ ਸਾਰੇ, ਬਾਈ ਕੋ ਗਿਣਤੀ ਸੀ ਇਹਨਾਂ ਦੀ ਜੀ, ਬਾਈ ਧਾਰ ਦੇ ਰਾਜੇ ਇਹਨਾਂ ਨੂੰ ਕਹਿੰਦੇ ਸੀਗੇ ਜੀ, ਤੇ ਬਾਕੀ ਜੇ ਕੋਈ ਰਹਿ ਵੀ ਗਿਆ ਹੋਵੇ, ਆਹ ਜਿਹੜਾ ਨਗਾਰਾ ਵੱਜ ਰਿਹਾ ਹੈ ਨਾ, ਇਹੋ ਜਿਹਾ ਨਗਾਰਾ ਨਹੀਂ ਕਿਸੇ ਕੋਲ ਹੈਗਾ। ਕਹਿਣ ਲੱਗਾ ਕੱਦ ਕੇ ਆਖੋ, ਇਹੋ ਜਿਹਾ ਨਗਾਰਾ ਨੀ ਕਿਸੇ ਕੋਲ ਹੈਗਾ। ਕਹਿਣ ਲੱਗਾ ਜਿਹੜਾ ਨਗਾਰਾ ਵੱਜ ਰਿਹਾ ਨਾ, ਇਹ ਨਗਾਰਾ ਵੱਖਰਾ ਹੀ ਹੈ ਤੇ ਆਨੰਦ ਚੰਦ ਜੀ ਹੋਣਾ ਤੇ ਪਹਿਲਾਂ ਹੀ ਮਹਾਰਾਜ ਨੂੰ ਕਹਿਤਾ ਸੀ। ਜਦੋਂ ਨਗਾਰਾ ਮਹਾਰਾਜ ਨੂੰ ਵਿਖਾਇਆ ਨਾ, ਕਹਿਣ ਲੱਗੇ ਮਹਾਰਾਜ ਨਗਾਰਾ ਬਣਾਉਣ ਵਾਲੇ ਕਹਿੰਦੇ ਨੇ ਇਹੋ ਜਿਹਾ ਨਗਾਰਾ ਅੱਜ ਤੱਕ ਬਣਿਆ ਨਹੀਂ ਹੈ ਕਿਤੇ ਜੀ, ਨਾ ਉਹੋ ਜਿਹਾ ਹਾਥੀ ਕਦੀ ਬਣਿਆ ਸੀ, ਨਾ ਉਹੋ ਜਿਹਾ ਸ਼ਸਤਰ ਹੀ ਕਦੀ ਬਣਿਆ ਸੀ, ਤੇ ਨਾ ਹੀ ਹੁਣ ਉਹ ਜਿਹਾ ਨਗਾਰਾ ਹੀ ਕਿਤੇ ਬਣਿਆ ਜੀ। ਹਾਂਜੀ ਨਾਦਤ ਨਵੋਂ ਲਖੋ ਮਨ ਮਾਹੀ, ਨਵੀਂ ਆਵਾਜ਼ ਹੈ। ਕਹਿਣ ਲੱਗਾ ਨਵੀਂ ਆਵਾਜ਼ ਹੈ, ਭੀਮ ਚੰਦ ਵੀ ਬੋਲ ਰਿਹਾ ਤੇ ਭੀਮ ਚੰਦ ਬੋਲ ਰਿਹਾ, ਬਾਕੀ ਰਾਜੇ ਵੀ ਸੁਣ ਰਹੇ ਸਾਰੇ ਜੀ। ਹਾਂਜੀ ਏਮ ਧੁਨ ਸੁਣੀ ਨਾ ਆਨ ਨਗਾਰੇ, ਬਾਜਤ ਦੂਰ ਜਨ ਨਿਕਟ ਵਿਚਾਰੇ। ਇਹ ਧੁਨ ਅੱਗੇ ਨੀ ਸੁਣੀ, ਕਹਿਣ ਲੱਗਾ ਅੱਗੇ ਨੀ ਸੁਣੀ, ਇਹ ਤੇ ਇਉਂ ਲੱਗਦਾ ਜਿਵੇਂ ਸਾਨੂੰ ਸੁਣਾ ਕੇ ਕਿਸੇ ਨੇ ਵਜਾਇਆ ਹੋਵੇ ਨਗਾਰਾ। ਗੱਜ ਕੇ ਆਖੋ ਸਾਨੂੰ ਸੁਣਾਉਣ ਵਾਸਤੇ ਵਜਾਇਆ ਹੋਵੇ, ਤਾਂ ਮਹਾਰਾਜ ਨੇ ਵਜਵਾਇਆ ਹੀ ਇਹਨੂੰ ਸੁਣਾਉਣ ਵਾਸਤੇ ਹੈਗਾ ਜੀ, ਵੀ ਪਤਾ ਲੱਗ ਜੇ ਉਹਨੂੰ। ਹਾਂਜੀ ਸੁਣ ਅਮਾਤ ਤਬ ਸਰਬ ਬਿਰਤਾਂਤ, ਤੇ ਭੀਮ ਚੰਦ ਦੇ ਮੰਤਰੀ ਨੇ ਫਿਰ ਭੀਮ ਚੰਦ ਨੂੰ ਇਹ ਸਾਰੀ ਗੱਲ ਦੱਸੀ ਜੀ। ਹਾਂਜੀ ਭਨਤ ਭਾਇਓ ਸਭ ਮੈਂ ਬਖਿਆਤ, ਤੇ ਬਾਕੀ ਵੀ ਸਾਰਿਆਂ ਨੂੰ ਉੱਚੀ ਉੱਚੀ ਬੋਲ ਕੇ ਸਾਰਿਆਂ ਨੂੰ ਦੱਸਣ ਲੱਗ ਪਿਆ ਮੰਤਰੀ। ਹਾਂਜੀ ਮਹਾਰਾਜ ਮੈਂ ਸੁਣੀ ਸੋ ਗਾਥਾ, ਹੁਣ ਭੀਮ ਚੰਦ ਨੂੰ ਉਹਨੇ ਮਹਾਰਾਜ ਕਹਿਣਾ ਸੀ। ਕਹਿਣ ਲੱਗਾ ਭੀਮ ਚੰਦ ਮਹਾਰਾਜ ਜੀ, ਮੈਂ ਜਿਹੜੀ ਗੱਲ ਸੁਣੀ ਮੈਂ ਤੁਹਾਨੂੰ ਸੱਚ ਸੱਚ ਦੱਸ ਦਿੰਦਾ, ਇਹ ਨਗਾਰੇ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਹਾਂਜੀ ਕਰੋ ਉਚਾਰਨ ਰਾਵਰ ਸਾਥਾ, ਹਾਂਜੀ ਸ਼੍ਰੀ ਨਾਨਕ ਜਗ ਗੁਰ ਜਬ ਦਵਿਕੈ, ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਕਹਿਣ ਲੱਗਾ ਭੀਮ ਚੰਦ ਜੀ, ਰਾਜਾ ਜੀ ਗੁਰੂ ਨਾਨਕ ਸਾਹਿਬ ਨੂੰ ਤੇ ਤੁਸੀਂ ਜਾਣਦੇ ਹੀ ਹੋ। ਕਹਿਣ ਲੱਗਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਾਰਾ ਜਗਤ ਜਾਣਦਾ। ਕਹਿਣ ਲੱਗਾ ਹਾਂਜੀ ਜਿਨ ਕੋ ਜਸ ਸੁਣੀਐ ਜਿਤ ਤਿਤਕੈ, ਹਰ ਕੋਈ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦਾ, ਮਹਾਰਾਜ ਦਾ ਜਸ ਜਾਣਦਾ ਜੀ। ਹਾਂਜੀ ਸੋ ਗਾਦੀ ਥਿਰ ਭੀ ਬਿਧਨੀਕਾ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਕਹਿਣ ਲੱਗਾ ਅਜੇ ਵੀ ਚੱਲ ਰਹੀ ਹੈ। ਭੀਮ ਚੰਦ ਨੂੰ ਉਹਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਅਜੇ ਵੀ ਚੱਲ ਰਹੀ, ਉਦੋਂ ਦੱਸ ਰਿਹਾ ਸੀ ਤੇ ਮੈਂ ਆਪਣੇ ਮਨ ਦੀ ਭਾਵਨਾ ਦੱਸਦਾ ਸਾਧ ਸੰਗਤ ਜੀ, ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਜਿੰਨਾ ਚਿਰ ਤੱਕ ਸੰਸਾਰ ਚੱਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਹਿਮਤਾਂ ਕਰਦੇ ਹੀ ਰਹਿਣਾ ਹੈ ਜੀ। ਹਾਂਜੀ ਇਹ ਤੇ ਉਦੋਂ ਕਹਿ ਰਿਹਾ ਨਾ,
ਉਹ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਅਜੇ ਵੀ ਚੱਲ ਰਹੀ ਹੈ। ਹਾਂਜੀ ਬੈਠਿਓ ਸ਼੍ਰੀ ਸੋਢੀ ਕੁੱਲ ਟੀਕਾ। ਕੁਝ ਸਮੇਂ ਪਹਿਲਾਂ ਸੋਢੀਆਂ ਦੇ ਵਿੱਚ ਬੜੇ ਵੱਡੇ ਸੂਰਮੇ ਜਨਮੇ ਉਸ ਗੱਦੀ ਤੇ ਬੈਠੇ ਸਨ। ਹਾਂਜੀ ਸ਼੍ਰੀ ਹਰਗੋਬਿੰਦ ਜੋਧਾ ਬਲੀ, ਜਿਨ੍ਹਾਂ ਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ। ਹਾਂਜੀ ਲਰਿਓ ਸ਼ਾਹ ਸੋਂ ਜੈ ਕਰ ਭਲੀ। ਇੱਥੋਂ ਤੱਕ ਜਹਾਂਗੀਰ ਤੇ ਸ਼ਾਹਜਹਾਨ ਬਾਦਸ਼ਾਹ ਦੀਆਂ ਫੌਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਲੜਦੀਆਂ ਰਹੀਆਂ ਸਨ। ਕਹਿਣ ਲੱਗੇ ਹਾਂਜੀ ਕੇਤਕ ਸੂਬੇ ਸੈਨ ਸਮੇਤ, ਕਈ ਸੂਬੇ ਸਮੇਤ ਸੈਨਾ ਦੇ ਸ਼ਸਤਰ ਸਾਥ ਰਾਖੇ ਰਣਖੇਤ। ਤੇ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਸਨ, ਜਹਾਂਗੀਰ ਸ਼ਾਹਜਹਾਂ ਦੇ ਬੜੇ ਬੜੇ ਵੱਡੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਦੇ ਮੈਦਾਨ ਚੋਂ ਬਾਹਰ ਨਹੀਂ ਜਾਣ ਦਿੱਤੇ ਕਿਤੇ ਜੀ, ਉੱਥੇ ਹੀ ਮਾਰ ਦਿੱਤੇ ਸੀ ਮਹਾਰਾਜ ਨੇ। ਹਾਂਜੀ ਵੀਰ ਬਹਾਦਰ ਬਿਧਤਿਓ ਘਨੋ, ਤੇ ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਵੀਰ ਸਨ, ਬੜੇ ਵੱਡੇ ਬਹਾਦਰ ਸਨ। ਕਹਿਣ ਲੱਗਾ ਹਾਂਜੀ ਕੱਦ ਦੀਰਗ ਦੁਆਪਰ ਤਨ ਮਨੋ, ਤੇ ਕੱਦ ਬੜਾ ਉੱਚਾ ਸੀਗਾ ਉਹਨਾਂ ਦਾ, ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਸਾਢੇ 7 ਫੁੱਟ ਉੱਚਾ ਕੱਦ ਮੈਨੇ ਰਖਾਉਂਦਾ ਹੈ ਜੀ। ਮੈਂ ਇਹ ਗੱਲ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀ ਕੁ ਵਾਰੀ ਬੋਲਤੀ ਹੋਏਗੀ ਵੀ ਗੁਰੂ ਹਰਗੋਬਿੰਦ ਸਾਹਿਬ ਸਾਢੇ 7 ਫੁੱਟ ਉੱਚਾ ਮਹਾਰਾਜ ਦਾ ਕੱਦ ਸੀ। ਪਰ ਸੱਚੀ ਗੱਲ ਦੱਸਾਂ, ਜਦੋਂ ਮਹਾਰਾਜ ਬਾਰੇ ਇਹ ਗੱਲ ਦੱਸੀ ਦੀ ਹੈ ਨਾ ਵੀ ਮਹਾਰਾਜ 7.5 ਫੁੱਟ ਉੱਚੇ ਮਹਾਰਾਜ ਦਾ ਕੱਦ ਸੀ, ਤੇ ਆਪਣਾ ਆਪ ਸਾਡਾ ਮਾਣ ਵਿੱਚ ਭਰ ਦਿੰਦਾ ਹੈ ਜੀ। ਹੈਂ ਇੰਨਾ ਉੱਚਾ ਲੰਮਾ ਕੱਦ ਜੀ, ਹੈਂ ਉਹ ਘੜੀ ਤੱਕ ਦੱਸਣ ਦੇ ਜੀ। ਹਾਂਜੀ ਇੰਨਾ ਉੱਚਾ ਲੰਮਾ ਕੱਦ ਸੀਗਾ 6ਵੇਂ ਪਾਤਸ਼ਾਹ ਦਾ, ਗੱਜ ਕੇ ਆਖੋ। ਤੇ ਜੇ ਮਹਾਰਾਜ ਆ ਕੇ ਇੱਥੇ ਖਲੋ ਜਾਣ ਹਾਂਜੀ, ਤੇ ਕਿੱਥੇ ਮਹਾਰਾਜ ਦਾ ਦਸਤਾਰਾ ਜਾਏ ਜੀ। ਤੇ ਤੁਸੀਂ ਸੁਣਦੇ ਰਹੇ 6ਵੇਂ ਪਾਤਸ਼ਾਹ ਦੀ ਕਥਾ, ਤੇ ਚੌਰ ਬਰਦਾਰ ਮੇਰੇ ਵਰਗਾ ਮਧਰਾ ਨਹੀਂ ਲੱਗਦਾ ਹੁੰਦਾ ਜੀ, ਉਹ ਵੀ ਬੜਾ ਉੱਚਾ ਲੱਗਦਾ ਹੁੰਦਾ ਸੀਗਾ ਚੌਰ ਸਾਹਿਬ, ਉਹਨੂੰ ਵੀ ਬੜਾ ਉੱਚਾ ਕਰਨਾ ਪੈਂਦਾ ਹੁੰਦਾ ਸੀਗਾ ਜੀ। ਹਾਂਜੀ ਕਿੱਡਾ ਉੱਚਾ ਕੱਦ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਦਾ। ਭੀਮ ਚੰਦ ਦਾ ਮੰਤਰੀ ਉਹਨੂੰ ਸਾਰੀ ਗੱਲ ਦੱਸ ਰਿਹਾ, ਕਹਿਣ ਲੱਗਾ 6ਵੇਂ ਪਾਤਸ਼ਾਹ ਨੇ ਸਾਡੇ ਬਾਦਸ਼ਾਹ ਦੀਆਂ ਫੌਜਾਂ ਦਾ ਨਾਸ ਕੀਤਾ, ਕੱਦ ਉਹਨਾਂ ਦਾ ਬੜਾ ਲੰਬਾ ਸੀ। ਕਹਿਣ ਲੱਗਾ ਹਾਂਜੀ ਅਬ ਗਾਦੀ ਪਰ ਤਿਨਕੋ ਪੋਤਾ, ਤੇ ਹੁਣ ਗੁਰਤਾ ਗੱਦੀ ਤੇ ਉਹਨਾਂ ਦੇ ਪੋਤਰਾ ਜੀ ਬੈਠੇ ਨੇ। ਕਹਿਣ ਲੱਗਾ ਹਾਂਜੀ ਆਦ ਵੀਰਤਾ ਗੁਣ ਗਨ ਪੋਤਾ, ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਕਹਿਣ ਲੱਗਾ ਜਿੱਥੇ ਪੋਤਰੇ ਨੇ ਉਹਨਾਂ ਦੇ, ਉੱਥੇ ਕਹਿਣ ਵਾਲੇ ਕਹਿੰਦੇ ਵੀ ਉਹਨਾਂ ਦਾ ਹੀ ਰੂਪ ਨੇ, ਉਹ ਵੀ ਜੀ ਉਹਨਾਂ ਦਾ ਹੀ ਰੂਪ ਨੇ, ਉਹੋ ਜਿਹਾ ਡੀਲ ਡੌਲ ਹੈ। ਪਾਪ 10ਵੇਂ ਪਾਤਸ਼ਾਹ ਦਾ ਕੱਦ ਤੇ ਓਡਾ ਉੱਚਾ ਨਹੀਂ ਸੀਗਾ ਜੀ, ਪਰ ਤੇਜ ਪ੍ਰਤਾਪ ਉਹਨਾਂ ਦਾ ਵੈਸਾ ਹੀ ਹੈ। ਕਹਿਣ ਲੱਗੇ ਉਹਨਾਂ ਤੇ ਫੌਜਾਂ ਬਾਅਦ ਵਿੱਚ ਰੱਖੀਆਂ, ਇਹਨਾਂ ਹੁਣੇ ਫੌਜਾਂ ਰੱਖ ਲਈਆਂ। ਕਹਿਣ ਲੱਗਾ ਹਾਂਜੀ ਗੁਰ ਗੋਬਿੰਦ ਰਾਏ ਤਿੰਨ ਨਾਮੂ, ਤੇ ਭੀਮ ਚੰਦ ਕਹਿੰਦਾ ਉਹਨਾਂ ਦਾ ਨਾਮ ਕੀ ਹੈ, ਤੇ ਅੱਗੋਂ ਮੰਤਰੀ ਕਹਿਣ ਲੱਗਾ ਉਹਨਾਂ ਦਾ ਨਾਮ ਹੈ ਗੁਰੂ ਗੋਬਿੰਦ ਰਾਏ ਜੀ, ਸਭ ਉਹਨਾਂ ਨੂੰ ਗੁਰੂ ਕਹਿੰਦੇ ਨੇ, ਉਹ ਗੁਰੂ ਨੇ ਜਗਤ ਦੇ। ਹਾਂਜੀ ਕਹੇ ਉਹਨਾਂ ਜਾਏ ਜਥਾ ਸ਼ੁਭ ਰਾਮੂ, ਤੇ ਜਿਵੇਂ ਉਹਨਾਂ ਦੇ ਕੰਮ ਨੇ ਨਾ ਉਹ ਕਹੇ ਨਹੀਂ ਜਾ ਸਕਦੇ, ਬੜਾ ਮਹਾਨ ਜਸ ਹੈ ਉਹਨਾਂ ਦਾ। ਹਾਂਜੀ ਅਲਪ ਬੈਸ ਅਰ ਅੰਗ ਕਿਸ਼ੋਰ, ਉਮਰ ਛੋਟੀ ਹੈ ਤੇ ਅੰਗ ਜਿਹੜੇ ਨੇ ਉਹ ਜਵਾਨਾਂ ਵਾਲੇ ਨੇ। ਗੱਲ ਬੜੇ ਧਿਆਨ ਨਾਲ ਸਮਝਿਓ, ਇਹ ਕਈ ਬੱਚਿਆਂ ਦੀ ਉਮਰ ਛੋਟੀ ਹੁੰਦੀ, ਸਾਡੇ ਕੋਲ ਵੀ ਆਉਂਦਾ ਜੀ ਇੱਥੇ, 16 ਸਾਲਾਂ ਦੀ ਉਮਰ ਹੈ ਉਹਦੀ ਮੁੰਡੇ ਦੀ, ਸਿੰਘ ਹੈ, ਤੇ ਉਹ ਇਉਂ ਲੱਗਦਾ ਵੀ ਜਿਵੇਂ ਘੱਟੋ ਘੱਟ ਨਹੀਂ ਤੇ 25 ਸਾਲਾਂ ਦਾ ਹੋਏਗਾ ਜੀ। ਉਹਦਾ ਕੱਦ ਵੀ ਉੱਚਾ ਤੇ ਭਰਵਾਂ ਸਰੀਰ ਹੈ ਜੀ ਉਹਦਾ ਜੀ, ਬਸ ਦਾੜੇ ਦੀ ਕਮੀ ਹੈ ਜੀ, ਬਾਕੀ ਸਾਰੇ ਕੰਮ ਪੂਰੇ ਜੀ। ਉਮਰ ਛੋਟੀ ਤੇ ਸਰੀਰ ਜਵਾਨਾਂ ਵਾਲਾ, ਕਹਿਣ ਲੱਗੇ ਉਹਨਾਂ ਦਾ ਇਹ ਮੰਤਰੀ ਕਹਿ ਰਿਹਾ ਜੀ। ਹਾਂਜੀ ਸੁਨੀ ਸ਼ਾਹ ਦੀ ਤਨ ਬਹੁ ਜ਼ੋਰ, ਤੇ ਮੈਂ ਇਹ ਵੀ ਸੁਣਿਆ ਉਹਨਾਂ ਦੇ ਸਰੀਰ ਚ ਬੜਾ ਜ਼ੋਰ ਹੈ, ਜ਼ੋਰ ਦੀ ਵੀ ਉਦਾਹਰਣ ਸੁਣ ਲਓ। ਹਾਂਜੀ ਅਤ ਉਤਸ਼ਾਹ ਸ਼ਸਤਰ ਅਭਿਆਸੀ, ਹਾਂਜੀ ਸੰਗਤ ਆਏ ਹਜ਼ਾਰੋਂ ਪਾਸੀ, ਹਾਂਜੀ ਧਨੁੱਖ ਕਠੋਰ ਹੱਥ ਅਸ ਰੱਖੈ, ਉਹਨਾਂ ਦੇ ਸਰੀਰ ਚ ਇੰਨਾ ਜ਼ੋਰ ਹੈ ਵੀ ਮੈਂ ਸੁਣਿਆ ਰਾਜਾ ਜੀ
ਜਿਹੜਾ ਉਹ ਧਨੁਸ਼ ਹੱਥ ਵਿੱਚ ਰੱਖਦੇ ਨੇ ਨਾ ਮਹਾਰਾਜ। ਹਾਂਜੀ, ਨਹਿ ਦੁਤੀਓ ਕਰਖਣ ਅਭਿਲਾਖੈ, ਗੱਜ ਕੇ ਆਖੋ ਵਾਹਿਗੁਰੂ। ਧਨੁਸ਼ ਵੀ ਬੜਾ ਭਾਰਾ ਹੈ ਤੇ ਉਹ ਜਿਹੜਾ ਉਹਨੂੰ ਵਿੱਚ ਲੱਗਾ ਹੁੰਦਾ ਜੀ ਚਿੱਲਾ। ਹਾਂਜੀ, ਉਹ ਇਸ ਤਰੀਕੇ ਦਾ ਵੀ ਆਮ ਬੰਦਾ ਤੀਰ ਉਹਦੇ ਵਿੱਚ ਪਾ ਕੇ ਤਾਂ ਖਿੱਚ ਨਹੀਂ ਸਕਦਾ। ਕਹਿਣ ਲੱਗੇ ਇੰਨਾ ਬਲੀ ਸਰੀਰ ਹੈ, ਧਨੁਸ਼ ਹੋਵੇ ਭਾਰਾ ਤਾਂ ਉਹਦੇ 'ਚ ਤੀਰ ਲਾ ਕੇ ਤਾਂ ਖਿੱਚਣਾ ਹੋਵੇ ਨਾ ਜੀ ਤਾਂ ਜ਼ੋਰ ਲੱਗਦਾ ਬੰਦੇ ਦਾ ਜੀ। ਉਹ ਮੰਤਰੀ ਮਹਾਰਾਜ ਦੇ ਗੁਣ ਦੱਸ ਰਿਹਾ, ਬੰਦੇ 'ਚ ਗੁਣ ਹੋਵੇ ਗੁਣਾਂ ਦੀ ਗੱਲ ਸਾਹਮਣੇ ਆ ਹੀ ਜਾਂਦੀ ਹੈ ਸੰਗਤ ਜੀ। ਹਾਂਜੀ, ਕਹਿਣ ਲੱਗੇ ਗੁਣ ਬੜੇ ਉਹਨਾਂ 'ਚ, ਸਰੀਰ ਵਿੱਚ ਇੰਨਾ ਬਲ ਹੈ ਵੀ ਜਿਹੜਾ ਧਨੁਸ਼ ਉਹ ਫੜਦੇ ਨੇ ਹੱਥ ਵਿੱਚ ਦੂਜਾ ਬੰਦਾ ਉਹ ਧਨੁਸ਼ ਨਹੀਂ ਚਲਾ ਸਕਦਾ। ਹਾਂਜੀ, ਸੰਗ ਸੁਭਟ ਅਰੂਢਤ ਬ੍ਰਿੰਦ, ਹਰ ਵਕਤ ਉਹਨਾਂ ਦੇ ਫੌਜਾਂ ਹੁੰਦੀਆਂ ਚ। ਕਹਿਣ ਲੱਗਾ ਹਾਂਜੀ, ਕਰੈ ਬਾਸਕੋ ਪੁਰੀ ਆਨੰਦ, ਤੇ ਸਾਡੇ ਲਾਗੇ ਆਨੰਦਪੁਰ ਹੈ ਉੱਥੇ ਰਹਿੰਦੇ ਨੇ ਉਹ। ਹਾਂਜੀ, ਇਨਕੋ ਪਿਤ ਸ਼੍ਰੀ ਤੇਗ ਬਹਾਦਰ, ਜੋੜੋ ਹੱਥ ਤੇ ਕਹੋ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਰਾਏ ਜੀ ਦੇ ਪਿਤਾ ਜੀ ਹੋਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਭੀਮ ਚੰਦ ਨੂੰ ਸਾਰੀ ਗੱਲ ਦੱਸ ਰਿਹਾ ਉਹਦਾ ਮੰਤਰੀ। ਹਾਂਜੀ, ਜ਼ਾਰ ਖਰੀਦ ਲੈ ਅਵਨੀ ਖਾਦਰ, ਉਹ ਜਿਹੜਾ ਆਨੰਦਪੁਰ ਸਾਹਿਬ ਹੈ ਨਾ ਉਹਨਾਂ ਦੇ ਪਿਤਾ ਜੀ ਨੇ ਧਰਤੀ ਮੁੱਲ ਖਰੀਦ ਕੇ ਵਸਾਇਆ। ਕਹਿਣ ਲੱਗੇ ਉਹਦੇ ਤੇ ਕਿਸੇ ਦੂਜੇ ਦਾ ਅਧਿਕਾਰ ਨਹੀਂ ਹੈਗਾ, ਧਰਤੀ ਮੁੱਲ ਖਰੀਦ ਕੇ ਸ਼ਹਿਰ ਵਸਾਇਆ, ਸਾਰੇ ਦਾ ਸਾਰਾ ਨਗਰ ਵਸਾਇਆ। ਹਾਂਜੀ, ਨਰਨ ਬਟੋਰਤ ਨਗਰ ਵਸਾਇਓ, ਹਾਂਜੀ, ਨੇਤਰ ਤੁੰਗ ਕੇ ਤਰ ਦਰਸਾਇਓ। ਤੇ ਮੈਂ ਇਹ ਵੀ ਸੁਣਿਆ ਵੀ ਮਹਾਰਾਜ ਨੇ ਆਪ ਧਰਤੀ ਖਰੀਦ ਕੇ ਬਾਕੀ ਲੋਕਾਂ ਨੂੰ ਮੁਫ਼ਤ ਕਰ ਦਿੱਤੇ ਨੇ। ਕਹਿਣ ਲੱਗਾ ਮੁਫ਼ਤ ਕਰ ਦਿੱਤੇ ਨੇ, ਪੈਸਾ ਨਹੀਂ ਕੋਈ ਲਿਆ ਉਹਨਾਂ ਨੂੰ, ਉਵੇਂ ਘਰ ਮਹਾਰਾਜ ਨੇ ਵੰਡ ਦਿੱਤੇ ਨੇ। ਹਾਂਜੀ, ਤਿੰਨ ਮੈਂ ਬਸ ਹੈ ਤਿੰਨ ਹੋ ਕੋ ਨੰਦਨ, ਉਸ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਗੁਰੂ ਗੋਬਿੰਦ ਰਾਏ ਜੀ ਵੱਸਦੇ ਨੇ। ਹਾਂਜੀ, ਲੱਖੋਂ ਨਰ ਕਰਤੇ ਪੱਗ ਬੰਧਨ, ਤੇ ਬਾਦਸ਼ਾਹ ਵਾਹਿਗੁਰੂ ਰਾਜੇ ਨੂੰ ਆਖਿਆ, ਰਾਜਾ ਜੀ ਲੱਖਾਂ ਲੋਕ ਆਉਂਦੇ ਉੱਥੇ ਆਨੰਦਪੁਰ ਸਾਹਿਬ ਵਿੱਚ। ਕਹਿਣ ਲੱਗਾ ਲੱਖਾਂ ਲੋਕ ਆ ਕੇ ਮੱਥਾ ਟੇਕਦੇ ਉਹਨਾਂ, ਉਸ ਟਾਈਮ ਦੀ ਤੇ ਗੱਲ ਛੱਡੋ, ਹੁਣ ਵੀ ਸਾਧ ਸੰਗਤ ਕਿਸੇ ਇਲਾਕੇ ਵਿੱਚ ਹਰ ਰੋਜ਼ ਹੀ ਲੱਖਾਂ ਦਾ ਇਕੱਠ ਹੁੰਦਾ ਹੋਵੇ ਤੇ ਗੜੀ ਬੜੀ ਗੱਲ ਮਾਇਨੇ ਰੱਖਦੀ ਹੈ ਜੀ। ਸਰਕਾਰ ਨੂੰ ਤੇ ਫਿਰ ਚਿੰਤਾ ਪੈਣੀ ਹੁੰਦੀ ਹੈ ਜੀ। ਕਹਿਣ ਲੱਗੇ ਲੱਖਾਂ ਲੋਕ ਤਾਂ ਉਹਨਾਂ ਨੂੰ ਆ ਕੇ ਨਮਸਕਾਰ ਕਰਦੇ ਆਨੰਦਪੁਰ ਸਾਹਿਬ ਵਿੱਚ। ਹਾਂਜੀ, ਸੋ ਅਖੇਰ ਕਰਬੇ ਇਤ ਆਵਤ, ਰਾਜੇ ਨੂੰ ਕਹਿਣ ਲੱਗਾ, ਰਾਜਾ ਜੀ ਆ ਜਿਹੜਾ ਨਗਾਰਾ ਵੱਜ ਰਿਹਾ ਨਾ ਉੱਚੀ ਉੱਚੀ, ਮੈਨੂੰ ਲੱਗਦਾ ਹੈ ਵੀ ਆਪਣੇ ਇਲਾਕੇ ਦੇ ਲਾਗੇ ਉਹ ਕਿਤੇ ਸ਼ਿਕਾਰ ਖੇਡਣ ਆਏ ਨੇ ਇੱਧਰ ਜੀ। ਹਾਂਜੀ, ਹਤਨ ਮ੍ਰਿਗਨ ਗਨ ਪੁਨ ਪਰ ਜਾਵਾ, ਉਹ ਕਿਤੇ ਮਿਰਗਾਂ ਦਾ ਨਾਸ਼ ਕਰ ਰਹੇ ਨੇ, ਉਹ ਨਗਾਰਾ ਵਜਵਾ ਰਹੇ ਨੇ। ਹਾਂਜੀ, ਆਜ ਮਨੁੱਜ ਇੱਕ ਉੱਤ ਤੇ ਆਇਓ, ਹਾਂਜੀ, ਤਿੰਨ ਪ੍ਰਸੰਗ ਕਹਿ ਸਗਲ ਸੁਣਾਇਓ। ਅੱਜ ਉਸ ਇਲਾਕੇ ਵਿੱਚੋਂ ਇੱਕ ਬੰਦਾ ਆਇਆ ਸੀ, ਉਹਨੇ ਮੈਨੂੰ ਸਾਰੀ ਗੱਲ ਦੱਸੀ ਵੀ ਮਹਾਰਾਜ ਇਸ ਇਲਾਕੇ ਵਿੱਚ ਆਏ ਨੇ। ਹਾਂਜੀ, ਦੁੰਦਬ ਦੀਰਗ ਤਿਆਰ ਕਰਵਾਏ ਵੇ, ਸੁਣਿਆ ਉਹਨਾਂ ਬੜਾ ਵੱਡਾ ਨਗਾਰਾ ਇੱਕ ਤਿਆਰ ਕਰਵਾਇਆ। ਇਹ ਭਾਈ ਸਾਹਿਬ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਬੇਨਤੀ ਵੀ ਨਗਾਰਾ ਖਰੀਦ ਲਿਆਓ ਇੱਕ ਦੀ ਹੁਣ ਤੁਸੀਂ ਵੀ, ਹੈਂ ਇਹ ਮੇਰੇ ਆਲੇ ਦੁਆਲੇ ਜਿਹੜੇ ਦੋ ਬਾਬੇ ਬੈਠੇ ਵਾਰ ਵਾਰ ਮੈਨੂੰ ਕਹਿ ਰਹੇ ਨੇ, ਇਹ ਕਹਿੰਦੇ ਆਖੋ ਵੀ ਇਹ ਵੀ ਲੈ ਆਉਣ ਜੀ। ਤੇ ਮਹਾਰਾਜ ਦੀ ਕਥਾ ਚੱਲ ਰਹੀ, ਨਾਲੇ ਕਈਆਂ ਨੇ ਇੱਥੇ ਭਾਵੇਂ ਨਗਾਰਾ ਨਾ ਹੀ ਵੇਖਿਆ ਹੋਵੇ ਜੀ ਕਿਹੋ ਜਿਹਾ ਹੁੰਦਾ ਜੀ। ਹਾਂਜੀ, ਉਹ ਨਗਾਰਾ ਵੇਖ ਲੈਣਗੇ, ਦਰਸ਼ਨ ਕਰ ਲੈਣਗੇ, ਤੇ ਤੁਸੀਂ ਵੀ ਥੋੜਾ ਜਿਹਾ ਉੱਦਮ ਕਰੋ, ਗੱਜ ਕੇ ਆਖੋ ਵਾਹਿਗੁਰੂ। ਉਹ ਮੰਤਰੀ ਕਹਿਣ ਲੱਗਾ ਭੀਮ ਸੈਨ ਭੀਮ ਚੰਦ ਨੂੰ ਉਹਨਾਂ ਨਗਾਰਾ ਬਣਵਾਇਆ ਨਵਾਂ ਅਜੇ। ਹਾਂਜੀ, ਜਾਨੀ ਪਰੈ ਸੋ ਚੜ ਕਰ ਆਏ ਵੇ, ਤੇ ਮੈਨੂੰ ਖਬਰ ਮਿਲੀ ਆ ਵੀ ਨਗਾਰਾ ਲੈ ਕੇ ਉਹ ਇੱਧਰ ਆਏ ਨੇ। ਹਾਂਜੀ, ਇਸ ਦਿਸ਼ ਦੁੰਦਬ ਅਪਰ ਨਾ ਕੋਈ, ਹਾਂਜੀ, ਜੋ ਬਜਾਏ ਵਿੱਚ ਰਹਿ ਢਿੱਗ ਹੋਈ, ਕਿਉਂ ਇਸ ਇਲਾਕੇ ਵਿੱਚ ਹੋਰ ਕੋਈ ਇੰਨੀ ਹਿੰਮਤ ਨਹੀਂ ਰੱਖਦਾ ਜਿਹੜਾ ਇਸ ਇਲਾਕੇ ਵਿੱਚ ਆ ਕੇ ਨਗਾਰਾ ਵਜਾਵੇ। ਕਹਿਣ ਲੱਗੇ ਹਾਂਜੀ, ਕਰਾਮਾਤ ਸਾਹਿਬ ਗੁਰ ਗਾਦੀ, ਤੇ ਬਾਦਸ਼ਾਹ ਵਾਹਿਗੁਰੂ ਰਾਜੇ ਨੂੰ ਕਹਿ ਰਿਹਾ, ਰਾਜਾ ਜੀ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖੋ, ਜਿਸ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਰਾਏ ਜੀ ਬੈਠੇ ਬੜੀ ਕਰਾਮਾਤੀ ਹੈ। ਉਹ ਕਹਿਣ ਲੱਗੇ
ਬੜਿਆਂ ਤੇ ਬਖਸ਼ਿਸ਼ਾਂ ਹੁੰਦੀਆਂ ਤੇ ਹਾਂਜੀ ਪਾਤਸ਼ਾਹਨ ਕੇ ਸਾਥ ਬੇਦਾਦੀ ਤੇ ਰਾਜਿਆਂ ਨਾਲ ਉਹਨਾਂ ਦਾ ਝਗੜਾ ਹੀ ਰਿਹਾ ਕਹਿਣ ਲੱਗੇ ਰਾਜਿਆਂ ਨਾਲ ਨੀ ਬਣਦੀ ਉਹਨਾਂ ਦੀ ਹਾਂਜੀ ਜਨਮ ਭਇਓ ਪੂਰਬ ਕੇ ਦੇਸ਼ ਜਿਹੜੇ ਗੁਰੂ ਜੀ ਆਏ ਨੇ ਨਾ ਨਗਾਰਾ ਵਜਾ ਰਹੇ ਪੂਰਬ ਵਿੱਚ ਉਹਨਾਂ ਦਾ ਜਨਮ ਹੋਇਆ ਅਵਤਰਨ ਹੋਇਆ ਹਾਂਜੀ ਪ੍ਰਿਤ ਪਾਰਨ ਜਬ ਭਏ ਵਿਸ਼ੇਸ਼ ਹਾਂਜੀ ਪਿਤ ਕੇ ਪੁਰਮੇ ਆਏ ਬਿਰਾਜੇ ਹਾਂਜੀ ਦਰਸ਼ਨ ਕਰਬੇ ਪਹੁੰਚੇ ਰਾਜੇ ਤੇ ਬੜੇ ਬੜੇ ਰਾਜੇ ਹੁਣ ਇੱਥੇ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਨੇ ਕਹਿਣ ਲੱਗਾ ਸੁਣਿਆ ਰਤਨ ਰਾਏ ਬੜੀਆਂ ਕੀਮਤੀ ਵਸਤੂਆਂ ਆ ਕੇ ਉਹਨਾਂ ਨੂੰ ਦੇ ਕੇ ਗਿਆ ਜੀ ਇਹਦੇ ਤੋਂ ਅੱਗੇ ਜਿਹੜੀ ਕਥਾ ਭੀਮ ਚੰਦ ਸੁਣ ਰਿਹਾ ਸਾਰੀਆਂ ਗੱਲਾਂ ਜੀ ਗੱਜ ਕੇ ਆਖੋ ਵਾਹਿਗੁਰੂ ਫਿਰ ਆਖੋ ਜੀ ਵਾਹਿਗੁਰੂ ਭੀਮ ਚੰਦ ਸੁਣ ਰਿਹਾ ਸਾਰੀਆਂ ਗੱਲਾਂ ਜੀ ਹਾਂਜੀ ਤੇ ਹੁਣ ਸੁਣ ਕੇ ਉਹ ਕੀ ਕਰਦਾ ਜੀ ਜੇ ਤੇ ਹੋਇਆ ਚੰਗਾ ਫਿਰ ਆਖੂ ਵੀ ਗੁਰੂ ਨੇ ਜੇ ਨਗਾਰਾ ਵਜਾ ਰਹੇ ਤੇ ਆਪਾਂ ਨੂੰ ਕੀ ਕਹਿੰਦੇ ਨੇ ਪਰ ਜੇ ਉਹਦਾ ਸੁਭਾਅ ਰਿਹਾ ਈਰਖਾਲੂ ਤੇ ਮਹਾਰਾਜ ਨੇ ਤੇ ਅਜੇ ਉਹਨੂੰ ਜਾ ਕੇ ਵੀ ਨੀ ਕੁਝ ਆਖਿਆ ਜੀ ਮਹਾਰਾਜ ਨੇ ਤੇਰੇ ਨਗਾਰਾ ਵਜਾਇਆ ਤੇ ਉਹਨੇ ਇੰਨੇ ਚ ਦੁਖੀ ਹੋ ਜਾਣਾ ਜੀ ਉਹ ਅੱਗੋਂ ਫਿਰ ਆਪਾਂ ਸਾਧ ਸੰਗਤ ਕੱਲ੍ਹ ਨੂੰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਪ੍ਰਸੰਗ ਸਰਵਣ ਕਰਾਂਗੇ ਸੁਰਤੀਆਂ ਜੋੜੋ ਤੇ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਬੋਲ ਕੇ ਖਿਮਾ ਕਰੀਏ ਖਿਮਾ ਮੰਗਾਂ ਦਾਸ ਬੜੇ ਪ੍ਰੇਮ ਨਾਲ ਸਾਰੇ ਕਹੋ ਜੀ ਵਾਹਿਗੁਰੂ 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 ਸਤਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸਿੱਖ ਸੰਗਤਾਂ ਦਾ ਆਇਆ ਹੋਇਆ ਸਫਲਾ ਕਰਨ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ